ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਜਾਵਨ ਸਟੂਡੀਓ ਦੇ ਵਿੱਚ। ਅਤੇ ਅੱਜ ਤੁਹਾਨੂੰ ਮਿਲਾਵਾਂਗੇ ਇੱਕ ਕਬੂਤਰਬਾਜ਼ ਬਾਈ ਨਾਲ, ਅਤੇ ਜਿਨ੍ਹਾਂ ਦਾ ਪਿੰਡ ਹੈ ਕਿ ਟੱਲੇਆਲ। ਅਤੇ ਇਹ ਪਿੰਡ ਹੈ ਬਰਨਾਲੇ ਏਰੀਏ ਦੇ ਵਿੱਚ ਪੈਂਦਾ। ਅਤੇ ਤੁਹਾਨੂੰ ਬਹੁਤਾ ਟਾਈਮ ਨਾਲ ਲੈਂਦੇ ਹੋਏ ਅਤੇ ਅਸੀਂ ਤੁਹਾਨੂੰ ਬਾਈ ਨਾਲ ਮਿਲਾਉਂਦੇ ਹਾਂ। ਅਤੇ ਤੁਸੀਂ ਸਾਡਾ ਚੈਨਲ ਸੈਵਨ ਸਟੂਡੀਓ ਸਬਸਕ੍ਰਾਈਬ ਕਰ ਲਓ, ਅਤੇ ਅਗਲੀਆਂ ਵੀਡੀਓ ਵੀ ਦਿਖਾਵਾਂਗੇ। ਆ ਜਾਓ, ਬਾਈ ਨਾਲ ਮਿਲਾਉਂਦੇ ਹਾਂ ਤੁਹਾਨੂੰ। ਉੱਧਰ ਹੋਇਆ ਬਾਈ, ਇਹ ਜਿੰਨੇ ਵੀ ਆ ਇਹ ਬਾਈ ਕਬੂਤਰਬਾਜ਼ ਨੇ, ਅਤੇ ਸਾਰੇ ਟੱਲੇਆਲ ਪਿੰਡ ਦੇ ਹੀ ਆ। ਅਤੇ ਮੇਨ ਬਾਈ ਇਹਦੇ ਕੋਲ ਆਇਆ ਮੈਂ, ਅਤੇ ਇਹ ਬਾਈ ਦਾ ਪਿੰਡ ਆ ਟੱਲੇਆਲ, ਅਤੇ ਇਹਦਾ ਨਾਂ ਹੈ, ਨਾਂ ਪੂਰਾ ਦੱਸੂਗੇ? ਵੈਸੇ ਤਾਂ ਨਿੱਕਾ ਨਿੱਕਾ ਕਹਿੰਦੇ ਆ ਬਾਈ ਨੂੰ, ਅਤੇ ਪੂਰਾ ਨਾਂ ਨਰਿੰਦਰ ਸਿੰਘ। ਹਾਂ, ਵੈਸੇ ਬਾਈ ਸ਼ਰਮਾਉਂਦਾ, ਕਹਿੰਦਾ ਮੈਂ ਨਰਵਸ ਹੋ ਜਾਂਦਾ, ਅਤੇ ਨਰਵਸ ਤਾਂ ਭਰਾਵਾ ਅਸੀਂ ਵੀ ਹੁੰਦੇ ਹਾਂ। ਬਹਿ ਜਾ ਇੱਥੇ, ਇੱਧਰੋਂ ਜਾ ਬਾਈ, ਉਰੇ ਆ ਜਾ ਬਾਈ ਨਾਲ ਕਰਦੇ ਹਾਂ ਗੱਲਾਂ। ਅਤੇ ਹੋਰ ਬਾਈ ਕੀ ਹਾਲ ਚਾਲ? ਵਧੀਆ, ਠੀਕ ਠਾਕ। ਅਤੇ ਬਾਈ ਤੁਸੀਂ ਕਬੂਤਰ ਕਿੰਨੇ ਟਾਈਮ ਤੋਂ ਰੱਖੇ ਹੋਏ ਆ? ਮਤਲਬ ਕਬੂਤਰ ਤਾਂ ਬਾਈ ਆਪਣੇ ਪਹਿਲਾਂ ਤੋਂ ਹੀ ਆ। ਪਹਿਲਾਂ ਤੋਂ ਮਤਲਬ ਕਿੰਨੇ ਟਾਈਮ ਤੋਂ? ਪਹਿਲਾਂ ਬਸ ਆਪਣੇ ਕਿੰਨੇ ਸਾਲਾਂ ਤੋਂ ਰੱਖੇ ਹੋਏ ਨੇ? ਮਤਲਬ ਹੁਣ ਘੱਟੋ ਘੱਟ 40 ਸਾਲ। 40 ਸਾਲਾਂ ਮਤਲਬ ਪਹਿਲਾਂ ਬਜ਼ੁਰਗਾਂ ਦੇ ਵੀ ਰੱਖੇ ਹੋਏ? ਨਹੀਂ, ਆਪਣੇ ਭਰਾ ਦੇ ਰੱਖੇ ਹੋਏ। ਅੱਛਾ, ਭਰਾ ਦੇ ਵੱਡੇ ਦੇ। ਠੀਕ ਹੈ, ਠੀਕ ਹੈ, ਠੀਕ ਹੈ। ਮਤਲਬ ਉਹਨਾਂ ਤੋਂ ਤੁਹਾਨੂੰ ਸ਼ੌਂਕ ਪਿਆ? ਮਤਲਬ ਪਹਿਲਾਂ ਸ਼ੌਂਕ ਪਿਆ ਕਿਵੇਂ? ਮਤਲਬ ਜਾ ਕੇ ਉੱਥੇ, ਮਤਲਬ ਤੁਸੀਂ ਦੇਖੇ ਜਿੱਦਾਂ ਕਿ ਕੀ ਚੀਜ਼? ਬਸ ਕਬੂਤਰਾਂ 'ਚ ਹੀ ਬਣਿਆ, ਉੱਥੇ ਫਿਰਦੇ ਰਹਿੰਦੇ ਸੀ, ਦਾਣੇ ਦੂਣੇ ਅਸੀਂ ਵੀ ਪਾਉਂਦੇ ਸੀ, ਉਹ ਤਾਂ ਘਰ ਬਾਹਰ ਫਿਰਦੇ ਰਹਿੰਦਾ ਸੀ। ਅੱਛਾ ਅੱਛਾ ਅੱਛਾ, ਠੀਕ ਹੈ। ਅਤੇ ਬਾਈ ਫਿਰ ਬਾਜ਼ੀਆਂ ਵੀ ਤੁਸੀਂ ਛੱਡਦੇ ਹੋਵੋਗੇ, ਹੈ ਨਾ? ਨਾ, ਬਾਜ਼ੀਆਂ ਪਹਿਲਾਂ ਤਾਂ ਨਹੀਂ ਛੱਡਦੇ। ਬਾਜ਼ੀਆਂ ਤਾਂ ਫਿਰ ਉਹ ਵੀਲੇ ਬਾਜ਼ੀ ਹੁੰਦੀ ਹੁੰਦੀ ਸੀ, ਉਹ ਮੁੰਡੇ ਨਾਲ ਜਾਂਦੇ ਹੁੰਦੇ ਸੀ ਤਾਏ ਦੇ ਮੁੰਡੇ ਨਾਲ, ਉਹਨੂੰ ਦੇਖ ਕੇ ਫਿਰ ਸੌਂਕ ਪੈ ਗਿਆ। ਵੈਸੇ ਬਾਈ ਨਾ ਨਰਵਸ ਹੋਇਆ ਫਿਰਦਾ, ਕੰਬੀ ਜਾਂਦਾ ਥੋੜ੍ਹਾ ਜਿਹਾ। ਇੱਧਰ ਬਾਈਆਂ ਨੂੰ ਵੀ ਦਿਖਾ ਦੇ। ਅਤੇ ਆ ਬਾਈ ਵੀ ਬਾਜ਼ੀਆਂ ਛੱਡਦੇ ਨੇ, ਅਤੇ ਬਾਈ ਫਿਰ ਤੁਸੀਂ ਵੀ ਆਪਦਾ ਐਕਸਪੀਰੀਅੰਸ ਦੱਸੋ ਵੀ ਤੁਹਾਡੇ ਕੋਲ ਕਿੰਨੇ ਟਾਈਮ ਤੋਂ ਰੱਖੇ ਹੋਏ ਨੇ? ਇੱਕ ਮਿੰਟ, ਮੈਂ ਇੱਧਰ ਵੀ ਹੋਇਆ ਬਾਈਆਂ ਵਾਲਾ। ਬਚਪਨ ਦੇ ਰੱਖੇ ਹੋਏ, ਡੈਡੀ ਦੇ ਰੱਖੇ ਹੁੰਦੇ ਪਹਿਲਾਂ। ਅੱਛਾ, ਡੈਡੀ ਦੇ। ਅਤੇ ਮਤਲਬ ਕਿੰਨਾ ਟਾਈਮ ਹੋ ਗਿਆ ਤੁਹਾਡੇ ਉਹ ਰੱਖਿਆ ਨੂੰ? ਡੈਡੀ ਦੇ ਪਹਿਲਾਂ ਤੇ ਰੱਖੇ, ਤੇ ਪਹਿਲਾਂ ਪੀੜ੍ਹੀਆਂ ਤੇ ਰੱਖੇ ਹੋਏ, ਚਿਹਰ ਦੇ ਰੱਖੇ। ਮਤਲਬ ਘੱਟੋ ਘੱਟ 50-60 ਸਾਲ ਹੋ ਗਏ ਹੋਣਗੇ, ਹੈ ਨਾ? ਅਤੇ ਬਾਜ਼ੀਆਂ ਤੁਸੀਂ ਫਿਰ ਛੱਡਦੇ ਹੋ, ਕਿੰਨੀਆਂ ਕੁ ਛੱਡਦੇ ਹੋ? ਬਸ ਛੱਡ ਲਈਦੀ ਵਿੱਚੋਂ 10-15 ਬਾਜ਼ੀਆਂ। ਅੱਛਾ, ਜਿੱਤੇ ਵੀ ਹੋ ਕਿਤੇ? ਜਿੱਥੇ ਜਿੱਤੇ ਵੀ ਹੈਗੇ ਜੀ, ਹਰੇ ਬਹੁਤ ਹੈ। ਅੱਛਾ, ਬਿਲਕੁਲ। ਅਤੇ ਬਾਈ ਤੁਹਾਡੇ ਕੋਲ ਕਿੰਨਾ ਟਾਈਮ ਹੋ ਗਿਆ? ਸਾਡੇ ਕੋਲ ਭਾਈ ਮੇਰੇ ਵੱਡੇ ਭਾਈ ਦੇ ਰੱਖੇ ਪਏ ਸੀ, ਮੇਰੀ ਤਾਂ ਸਭ ਤੋਂ ਪਹਿਲਾਂ ਦੀ ਆ। ਅਤੇ ਉਹ ਸ਼ੁਰੂ ਤੋਂ ਉਹਦੇ ਰੱਖੇ ਪਏ ਸੀ, ਉਹਨੇ ਰੱਖੇ ਪਏ ਬਚਪਨ 'ਚ, 4ਵੀਂ 5ਵੀਂ ਕਲਾਸ ਦੇ ਕਬੂਤਰ ਰੱਖੇ ਪਏ, ਪੁਰਾਣੇ ਕਬੂਤਰ ਆ ਸਾਡੇ ਕੋਲ। ਤੁਹਾਨੂੰ ਸ਼ੌਂਕ ਮਤਲਬ ਉਹਨਾਂ ਨੂੰ ਦੇਖ ਕੇ ਪਿਆ? ਉਹਨਾਂ ਨੂੰ ਦੇਖ ਕੇ ਪਿਆ ਜੀ। ਠੀਕ ਹੈ, ਠੀਕ ਹੈ, ਠੀਕ ਆ। ਅਤੇ ਉਹ ਬਾਈਆਂ ਬਾਰੇ ਵੀ ਦਿਖਾਓ। ਅਤੇ ਬਾਈ ਤੁਹਾਨੂੰ ਕਿਵੇਂ ਸ਼ੌਂਕ ਪਿਆ? ਮੇਰੇ ਵੀ ਭਰਾ ਦੇ ਹੀ ਰੱਖੇ ਪਏ ਸੀ। ਅੱਛਾ ਅੱਛਾ, ਭਰਾ ਦੇ ਰੱਖੇ ਪਏ ਸੀ, ਉਹ ਦੇਖ ਦੇਖ ਕੇ ਚੱਲ ਪਾ। ਅੱਛਾ, ਤੁਹਾਨੂੰ ਸ਼ੌਂਕ ਪਿਆ? ਹਾਂ। ਅਤੇ ਮਤਲਬ ਕੋਈ ਘਰਦਿਆਂ ਨੇ ਘਰ ਦੇ ਗਾਲਾਂ ਗੁਲਾਂ ਕੱਢਦੇ ਹੁੰਦੇ? ਮਤਲਬ ਘਰ ਰੱਖਣ ਦੇ ਬਹੁਤ ਜਾਣੀ ਕੁੱਟ ਵੀ ਪੈਂਦੀ ਰਹੀ ਹੈ। ਅੱਛਾ, ਮੈਂ ਕਬੂਤਰਾਂ ਵਿੱਚ। ਹਾਂ ਹਾਂ, ਕਿ ਬਾਈ ਤੂੰ ਵੀ ਆਇਆ ਇੱਧਰ? ਕਬੂਤਰ ਰੱਖਦੇ ਸੀ। ਅੱਛਾ ਅੱਛਾ, ਅਤੇ ਨਹੀਂ ਕਦੇ ਕਿਵੇਂ? ਠੀਕ ਹੈ। ਅਤੇ ਉਹ ਬਾਈ ਦੇ ਵੀ ਮਤਲਬ ਰੱਖਦੇ ਤੁਸੀਂ ਬਾਈ? ਹਾਂ ਹਾਂ ਬਾਈ, ਆਪਾਂ ਵੀ ਕਬੂਤਰ ਰੱਖਦੇ ਹਾਂ। ਤੁਹਾਨੂੰ ਅਸੀਂ ਬਾਈ ਮਰਦਾਨੇ ਕਿਆ ਚੋਂ ਆ। ਅੱਛਾ, ਜਿਨ੍ਹਾਂ ਨੂੰ ਦਾਦੇ ਕਹਿ ਦਿੰਦੇ ਆ। ਅਤੇ ਸਾਡੇ ਪਿਓ ਦਾਦੇ ਨੂੰ ਪੁਰਾਣਾ ਸ਼ੌਂਕ ਸੀ ਇਹ, ਅਤੇ ਉਸ ਤੋਂ ਬਾਅਦ ਪਿਓ ਦਾਦੇ ਤੋਂ ਬਾਅਦ ਉਹ ਗੁਜ਼ਰ ਗਏ, ਉਸ ਤੋਂ ਬਾਅਦ ਮੇਰੇ ਭਾਪੇ ਨੂੰ ਸ਼ੌਂਕ ਸੀਗਾ। ਉਸ ਤੋਂ ਬਾਅਦ ਹੀ ਬਾਈ ਸਾਨੂੰ ਜਿਵੇਂ ਕਹਿੰਦੇ ਹੁੰਦੇ ਘਰ 'ਚ ਚੱਲੀ ਆਉਂਦੀ ਆ, ਉਸ ਤਰ੍ਹਾਂ ਹੀ ਸਾਨੂੰ ਪੈ ਗਿਆ। ਪਹਿਲਾਂ ਅਸੀਂ ਪਿੰਡਾਂ ਪੁੰਡਾਂ 'ਚ ਦੇਖਦੇ ਰਹਿੰਦੇ ਸੀਗੇ, ਫਿਰ ਅਸੀਂ ਚੋਰੋਂ ਸਪੋਰੋਂ ਸਕੂਲੋਂ ਸਕਾਲੋਂ ਜਾ ਕੇ ਬਾਜ਼ੀਆਂ 'ਤੇ ਪਹੁੰਚਣ ਲੱਗ ਗਏ। ਅੱਛਾ, ਜਿਉਂ ਜਿਉਂ ਸਾਨੂੰ ਫਿਰ ਬਾਜ਼ੀਆਂ ਦਾ ਪਤਾ ਲੱਗਣ ਲੱਗ ਗਿਆ ਵੀ ਇਹ ਚੀਜ਼ਾਂ 'ਚ ਯਾਰ ਪੈਸੇ ਹੁੰਦੇ ਆ, ਵੀ ਇੱਥੇ ਐਂ ਕਬੂਤਰ ਉੱਡਦੇ ਆ, ਇਹ ਕਬੂਤਰਾਂ ਨੂੰ ਐਂ ਪਿੰਜਰਿਆਂ 'ਚ ਲੈ ਕੇ ਜਾਂਦੇ ਆ, ਉਹ ਫਿਰ ਸਾਨੂੰ ਆਪਦੇ ਮਨ ਨੂੰ ਭਾਵਨਾ ਵੱਧਦੀ ਗਈ ਵੀ ਯਾਰ ਅਸੀਂ ਵੀ ਹੌਲੀ ਹੌਲੀ ਇਸ ਲਾਈਨ ਕਣੀ ਵਧੀਏ। ਅੱਛਾ, ਤੇ ਬਸ ਬਾਈ ਹੁਣ ਹੌਲੀ ਹੌਲੀ ਕਰਦੇ? ਮਤਲਬ ਸਪੋਰਟ ਕਰਦੇ ਤੁਹਾਡੇ? ਹਾਂ ਕਰਦੇ, ਸਪੋਰਟ ਪੂਰੀ ਕਰਦੇ ਆ। ਗਾਲਾਂ ਗੁਲਾਂ ਤਾਂ ਨਹੀਂ ਕੱਢਦੇ? ਨਹੀਂ, ਗਾਲਾਂ ਨਹੀਂ ਕੱਢਦੇ। ਪਹਿਲਾਂ ਤਾਂ ਗਾਲਾਂ ਕੱਢਦੇ ਹੁੰਦੇ ਸੀ ਜ਼ਰੂਰ, ਜਦੋਂ ਆਪਾਂ ਕੁਮਾਰੇ ਹੁੰਦੇ ਸੀਗੇ, ਨਿਆਣੇ ਹੁੰਦੇ ਸੀ, ਆਖੇ ਨਹੀਂ ਲੱਗਦੇ ਸੀ। ਹੁਣ ਤਾਂ ਬਾਈ ਕਬੀਲਦਾਰ ਹੋਏ ਵੇ, ਹੁਣ ਤਾਂ ਘਰ ਦੇ ਪੂਰੀ ਸਪੋਰਟ ਕਰਦੇ ਆ। ਜੇ ਕਈ ਵਾਰੀ ਟਾਈਮ ਵੀ ਨਹੀਂ ਹੁੰਦਾ ਤਾਂ ਘਰ ਵਾਲੀ ਵੀ ਬਦਾਮ ਕਈ ਵਾਰੀ ਚੀਰ ਕੇ ਦੇ ਦਿੰਦੀ ਹੈ। ਦੇਖ ਲਓ, ਤੁਸੀਂ ਦੇਖ ਸਕਦੇ ਹੋ ਕਿ ਬਾਈ ਦੇ ਘਰ ਦੇ ਵੀ ਸਪੋਰਟ ਕਰਦੇ ਆ। ਅਤੇ ਵੈਸੇ ਇੱਥੇ ਬਾਈ ਤੁਹਾਡੇ ਸਾਰੇ ਘਰ ਦੇ ਸਪੋਰਟ ਕਰਦੇ? ਹੁਣ ਤਾਂ ਸਪੋਰਟ ਕਰਦੇ ਜਦੋਂ ਬਾਜ਼ੀਆਂ ਜਿੱਤ ਕੇ ਆਉਂਦੇ ਆ। ਅਤੇ ਬਾਈ ਤੁਸੀਂ, ਤੁਹਾਨੂੰ ਕਿੰਨਾ ਟਾਈਮ ਹੋ ਗਿਆ? ਮੈਨੂੰ ਹੋ ਗਿਆ ਵੀਰੇ 10-15 ਸਾਲ ਹੋ ਗਿਆ। ਪਿੱਛੇ ਕਰ ਲਾ ਹੈ, 15 ਕੁ ਸਾਲ ਮੈਨੂੰ ਹੋ ਗਿਆ ਵੀਰੇ। ਅੱਛਾ, ਅਤੇ ਫਿਰ ਬਾਜ਼ੀਆਂ ਤੁਸੀਂ ਛੱਡਦੇ ਹੋ? ਹਾਂ ਵੀਰੇ, ਛੱਡਦੇ ਹਾਂ ਬਾਜ਼ੀਆਂ।
ਕਿੰਨੇ ਮਤਲਬ ਕਿ ਜਿੱਤੇ ਹੋਗੇ ਕਿਵੇਂ? ਨਾ ਇੱਥੇ ਛੱਡਦੇ ਫਿਰ ਨਰਿੰਦਰ ਕੋਲੇ ਇਕੱਠੇ ਛੱਡਦੇ। ਅੱਛਾ ਬਾਈ ਨੇ ਛੱਡਦੇ? ਬਾਈ ਨਾਲ ਛੱਡ। ਹਾਂਜੀ ਇਕੱਠੇ ਛੱਡਦੇ। ਠੀਕ ਹੈ ਤੇ ਤੁਹਾਡੇ ਕੋਲੇ ਬਾਈ? ਆਪਣੇ ਦਾ ਘਰੇ ਤਾਂ ਰੱਖੀ ਵੀ ਨਹੀਂ ਮੈਂ ਬਾਈ। ਅੱਛਾ ਫਿਰ ਮਤਲਬ ਤੁਸੀਂ ਕਿੱਦਾਂ? ਅੱਛਾ ਵੈਸੇ ਨਾਲ ਜੁੜੇ ਹੋਏ? ਹਾਂ ਹਾਂ ਵੈਸੇ ਨਾਲ ਹੀ ਜੁੜੇ। ਠੀਕ ਹੈ ਠੀਕ ਹੈ ਠੀਕ ਹੈ ਚਲੋ ਆਹ ਬਾਈ ਨਾਲ ਕਰਦੇ ਹੁਣ ਫਿਰ ਦੁਬਾਰੇ ਗੱਲ। ਹੈ ਆਹ ਬਾਈ ਮੈਨੂੰ ਕੈਮਰਾ ਫੜਾ ਦੇ ਤੇ ਆਹ ਇੱਕ ਇੱਕ ਜਣਾ ਬਾਈ ਫੜ ਲਓ। ਇਹ ਆ ਉਹ ਬਾਈ ਨਿੱਕੇ ਦਾ ਵੱਡਾ ਭਾਈ ਅਤੇ ਉਹ ਥੋੜ੍ਹਾ ਜਿਹਾ ਸੰਗਦਾ ਅਤੇ ਕਰਦੇ ਇਹ ਬਾਈ ਨੇ ਗੱਲ। ਬਾਈ ਫਿਰ ਕਿੰਨੇ ਟਾਈਮ ਤੋਂ ਤੁਹਾਡੇ ਕੋਲ ਕਬੂਤਰ ਰੱਖੇ ਨੇ? ਕਬੂਤਰ ਬਾਈ ਆਪਣੇ ਕੋਲ ਸਾਰੇ ਜਿਵੇਂ ਦੱਸਣ ਦੇ ਬਾਵਜੂਦ ਸਾਰੇ ਕਬੂਤਰ ਪੁਰਾਣੇ ਟਾਈਮ ਤੋਂ ਹੀ ਰੱਖੇ ਹੋਏ ਨੇ। ਮਤਲਬ ਕਿ ਸ਼ੌਂਕ ਸਾਡੇ ਮਤਲਬ ਕਿ ਨੇੜੇ ਗੱਲ ਵੱਡੇ ਭਰਾ ਨੂੰ ਸੀ ਜਿਹੜਾ ਆਸਟ੍ਰੇਲੀਆ 'ਚ ਅੱਜ ਕੱਲ੍ਹ। ਅੱਛਾ ਠੀਕ ਹੈ ਅਤੇ ਉਹ ਜਦੋਂ ਵੀ ਗਿਆ ਬਾਹਰ 2009 ਦੇ ਵਿੱਚ ਉਹ ਕਬੂਤਰ ਸਾਨੂੰ ਦੇ ਗਏ ਸਾਰੇ। ਅੱਛਾ ਤੁਹਾਨੂੰ ਸਮਾ ਗਿਆ? ਹਾਂ ਸਾਨੂੰ। ਉਸ ਤੋਂ ਬਾਅਦ ਘਰੇ ਗਾਲਾਂ ਹੀ ਬਹੁਤ ਪਈਆਂ ਵੀ ਉਹ ਤਾਂ ਜਾਣ ਵਾਲਾ ਚਲਾ ਗਿਆ ਤੁਹਾਨੂੰ ਸ਼ੌਂਕ ਪਾ ਗਿਆ। ਅਤੇ ਉਸ ਤੋਂ ਬਾਅਦ ਬਾਈ ਫਿਰ ਸਾਨੂੰ ਮਤਲਬ ਕਿ ਕਬੂਤਰਾਂ ਨਾਲ ਪਿਆਰ ਇੰਨਾ ਹੀ ਰੱਖਣਾ ਹੀ ਪੈ ਗਿਆ ਸਾਨੂੰ ਸਾਰੇ ਕਬੂਤਰ ਉਹਦੇ। ਅਤੇ ਕਬੂਤਰ ਮਤਲਬ ਚੀਜ਼ ਹੀ ਇਹੋ ਜਿਹੀ ਹੈ ਕਹਿਣਾ, ਜਿਹਦੇ ਨਾਲ ਪਿਆਰ ਪੈ ਜਾਵੇ ਤਾਂ ਬੰਦਾ ਛੱਡ ਨਹੀਂ ਸਕਦਾ। ਸੋਹਣੇ ਸੀ, ਆਪ ਪਾਲਦੇ ਸੀ, ਜਾਂਦੇ ਆਉਂਦੇ ਸੀ ਉਹਦੇ ਕੋਲ ਘਰੇ, ਅਤੇ ਮਤਲਬ ਕਿ ਸਾਨੂੰ ਰੱਖਣੇ ਪੈ ਗਏ ਸਾਰੇ ਕਬੂਤਰ ਉਹਨਾਂ ਦੇ। ਘਰ ਦੇ ਮਤਲਬ ਕੀ ਕਹਿੰਦੇ ਆ ਕਬੂਤਰਾਂ ਦਾ? ਬਾਈ ਸਦਾ ਕਹਿੰਦੇ ਹੀ ਰਹਿੰਦੇ ਆ, ਠੀਕ ਆ, ਗਾਲਾਂ ਵੀ ਕੱਢਦੇ ਆ। ਹਾਂ ਮਤਲਬ ਕਿ ਖੁਸ਼ੀ ਬਹੁਤ ਹੁੰਦੀ ਹੈ ਜਦੋਂ ਆਪਾਂ ਕੋਈ ਵਿਨ ਕਰਕੇ ਆਉਂਦੇ ਹਾਂ ਕੋਈ ਚੀਜ਼ ਜਾਂ ਬਾਜੀ ਜਾਂ ਆਪਾਂ ਜਾਂਦੇ ਕਿਤੇ ਵੀ, ਖੁਸ਼ੀ ਵੀ ਉਦੋਂ ਬਹੁਤ ਹੁੰਦੀ ਹੈ। ਮਤਲਬ ਕਾਫੀ ਬਾਜੀਆਂ ਤੁਸੀਂ ਜਿੱਤੇ ਵੀ ਹੋਊਗੇ? ਹਾਂ ਬਾਈ ਬਹੁਤ, ਮਤਲਬ ਕਿ ਜਿੱਤੇ ਵੀ ਹਾਂ, ਉਹਦੇ ਪਹਿਲਾਂ ਮਿਹਨਤ ਵੀ ਆ, ਹਾਰਦੇ ਵੀ ਹਾਂ, ਜੇ 20 ਛੱਡਦੇ ਹਾਂ ਤਾਂ 15 ਹਾਰਦੇ ਵੀ ਹਾਂ ਤਾਂ 5 ਜਿੱਤਦੇ ਵੀ ਹਾਂ। ਕੁਝ ਮਤਲਬ ਜਿਹੜਾ ਆਪਾਂ ਪਿੱਛੋਂ ਹਰੇ ਹੁੰਦੇ ਹਾਂ ਉਹ ਪੂਰਾ ਵੀ ਕਰ ਦਿੰਦੇ ਹਾਂ ਬਾਜੀਆਂ, ਹਨਾ। 20 ਪਿਛਲੀਆਂ ਭੁੱਲ ਜਾਂਦੇ ਹਾਂ, 15 ਛੱਡ ਕੇ ਜਦੋਂ 4-5 ਆਪਾਂ ਜਿੱਤ ਲੈਂਦੇ ਹਾਂ ਉਹਦੀ ਖੁਸ਼ੀ ਹੋ ਜਾਂਦੀ ਹੈ ਵੀ ਹਾਂ ਆਪਾਂ ਜਿੱਤ ਗਏ, ਕੋਈ ਨਵੀਂ ਚੀਜ਼ ਆਪਾਂ ਹਾਸਲ ਕਰ ਲਈ। ਦੇਖੋ ਦੋਸਤੋ ਵੀ 15-20 ਬਾਜੀਆਂ ਛੱਡਦੇ ਆ, ਉਹਦੇ ਵਿੱਚੋਂ 15 ਜੇ ਹਾਰਦੇ ਆ ਅਤੇ 5 ਉਹਦੇ 'ਚੋਂ ਜਿੱਤਦੇ ਵੀ ਆ 20 ਦੇ ਵਿੱਚੋਂ, ਅਤੇ ਉਹ ਜਿਹੜੀਆਂ ਪਿਛਲੀਆਂ ਬਾਜੀਆਂ ਹਰੇ ਹੁੰਦੇ ਆ ਨਾ ਅਤੇ ਉਹ ਭੁੱਲ ਜਾਂਦੀਆਂ ਨੇ ਜਦੋਂ ਆਪਾਂ 5 ਬਾਜੀਆਂ ਜਿੱਤ ਜਾਂਦੇ ਹਾਂ। ਅਤੇ ਬਾਈ ਤੁਹਾਡੇ ਅਸੀਂ ਕਬੂਤਰ ਦੇਖਣਾ ਚਾਹਾਂਗੇ ਅਤੇ ਦਰਸ਼ਕਾਂ ਨੂੰ ਵੀ ਦਿਖਾਵਾਂ ਵੀਰੇ, ਆਪਾਂ ਜ਼ਰੂਰ ਦਿਖਾਵਾਂਗੇ ਕਬੂਤਰ। ਬਾਈ ਬਹੁਤ ਹੀ ਟਾਈਮ ਨਾਲ ਲੈਂਦੇ ਹੋਏ ਤਾਂ ਆਪਾਂ ਕਬੂਤਰ ਦੇਖੀਏ। ਬਾਈ ਕਿੱਥੇ ਆਪਣਾ? ਆ ਜਾਓ ਬਾਈ ਦੇ ਇੱਧਰ ਕਬੂਤਰ ਦੇਖਦੇ ਹਾਂ। ਇਹ ਪਿੰਜਰਾ ਬਣਿਆ ਹੋਇਆ ਬਾਈ ਦਾ, ਆ ਬਾਈ ਪਿੱਛੇ ਕਰ ਲਈ ਥੋੜ੍ਹਾ ਪਿੱਛੇ ਰੱਖੀ, ਅਤੇ ਇਹ ਪਿੰਜਰਾ ਬਣਿਆ ਹੋਇਆ, ਇੱਥੇ ਜਾਲੀ ਲੱਗੀ ਹੋਈ ਆ, ਇਹ ਇਹਨਾਂ ਦੇ ਖੁੱਡੇ ਆ ਅਤੇ ਪੱਕੇ ਖੁੱਡੇ ਬਣਾਏ ਹੋਏ ਨੇ। ਅਤੇ ਇਹ ਬਾਈ ਹੁਣ ਆਪਾਂ ਨੂੰ ਕਬੂਤਰ ਦਿਖਾਉਣਗੇ। ਬਾਈ ਬਾਹਰ ਆਪਾਂ ਇਹ ਕਰਨਾ, ਪਿੱਛੇ ਚੱਲੋ ਬਾਈ, ਆਪਾਂ ਇੱਥੋਂ ਕੱਢ ਲੈਣਗੇ ਬਾਈ। ਅਤੇ ਬਾਈ ਦੇ ਕਬੂਤਰ ਕਾਫੀ ਚੰਗੇ ਨੇ ਅਤੇ ਇਹਨਾਂ ਨੇ ਬਾਜੀਆਂ ਵੀ ਜਿੱਤੀਆਂ, ਬਾਜੀਆਂ ਦੇ ਵਿੱਚ ਮੈਂ ਇੱਥੋਂ ਪਤਾ ਵੀ ਕੀਤਾ ਸੀ, ਕਹਿੰਦੇ ਕੂਲਰ ਵੀ ਜਿੱਤੇ ਹੋਏ ਹੈਗਾ ਵੀ, ਹੋਰ ਇਨਾਮ ਵੀ ਜਿੱਤੇ ਹੋਏ ਨੇ। ਅਤੇ ਬਾਈ ਇਹ ਕਿਹੜਾ ਕਬੂਤਰ ਹੈ? ਇਹ ਵੀਰੇ ਵੱਡਾ ਕਬੂਤਰ ਸਾਡਾ। ਹਾਂ ਮਾੜਾ ਬਾਈ ਉੱਚੀ ਆਵਾਜ਼ ਰੱਖ ਲਾ, ਬਾਈਆਂ ਨੇ ਸੋਨਾ ਵੀ ਹੁੰਦਾ ਅੱਗੇ ਕਿਸੇ ਨੇ। ਮੈਂ ਕਹਿੰਦਾ ਯਾਰ ਬਾਹਰ ਹੀ ਆ ਕੇ ਕਰਦੇ ਹਾਂ ਕਿਉਂਕਿ ਸਿਰ ਲੱਗਦਾ ਤਾਂ। ਬਾਈ ਦੋ ਬੰਦੇ ਸਪੋਰਟਰ ਵੀ ਖੜਾ ਦੇਗੇ ਬਾਈ ਨੇ ਥੋੜ੍ਹਾ ਜਿਹਾ ਸੰਗਦਾ ਜੱਗੀ ਖੜਨਾ। ਚੱਲ ਇਹ ਬਾਈ ਵੱਡਾ ਕਬੂਤਰ ਆਪਣਾ, ਇਹ ਬਾਈ ਦੇ ਬੱਚੇ ਹੀ ਸਾਰੇ ਬਾਜੀਆਂ ਡਾਈ। ਇਹ ਬਾਈ ਕਿੰਨੇ ਸਾਲ ਹੋ ਗਏ ਮਤਲਬ ਤੁਹਾਡੇ ਕੋਲ? ਇਹਦੇ ਇਹ ਹੋ ਗਏ ਹੋਣਗੇ ਆਪਾਂ ਨੂੰ 8-9 ਸਾਲ। 8-9 ਸਾਲ? ਅਤੇ ਇਹ ਕਿਹੜੀ ਅੱਖ ਦਾ ਵੱਜਦਾ ਇਹ? ਇਹ ਚਿੱਟੀਆਂ ਅੱਖਾਂ ਦਾ ਵੀਰੇ, ਚਿੱਟੀਆਂ ਅੱਖਾਂ ਦਾ ਬਾਈ ਇਹਦੀ। ਹਾਂ ਤੁਸੀਂ ਦਰਸ਼ਕੋ ਦੇਖ ਸਕਦੇ ਹੋ ਕਿ ਚਿੱਟੀਆਂ ਅੱਖਾਂ ਦਾ ਵੱਜਦਾ ਅਤੇ ਭੂਰੀ ਨੋਕ ਅਤੇ ਸਿਰ 'ਤੇ ਸ਼ੈਂਭ ਕਹਿ ਦਿੰਦੇ ਆ, ਕੀ ਕਹਿੰਦੇ ਇਹਨਾਂ ਨੂੰ? ਸ਼ੈਂਭ ਵੀ ਕਹਿੰਦੇ, ਛੱਟ ਜੇ ਵੀ। ਅਤੇ ਇਹ ਕਬੂਤਰ ਹੈ, ਇਹ ਜਿੱਤਿਆ ਹੋਇਆ ਬਾਈ? ਹਾਂ ਇਹ ਦੋ ਬਾਜੀਆਂ, ਇਹ ਦੋ ਬਾਜੀਆਂ ਜਿੱਤਿਆ ਹੋਇਆ ਕਬੂਤਰ ਹੈ। ਅਤੇ ਬਾਈ ਮਤਲਬ ਤੁਹਾਡਾ ਫਿਰ ਉਸਤਾਦ ਵੀ ਕੋਈ ਹੈਗਾ ਕਿ ਨਹੀਂ ਹੈਗਾ? ਉਸਤਾਦ ਤਾਂ ਵੀਰੇ ਕੋਈ ਨਹੀਂ, ਆਪਣਾ ਮਿੱਤਰ ਸੀਗਾ, ਉਹ ਲੈ ਕੇ ਆਇਆ ਸੀ ਖੇਡ ਪਾਣੀ ਕਿਸੇ ਤੋਂ। ਅੱਛਾ ਅਤੇ ਉਹਨਾਂ ਦਾ ਤਾਂ ਉੱਡੇ ਨਹੀਂ ਇਹ, ਫਿਰ ਉਹੀ ਖੇਡ ਪਾਣੀ ਅਸੀਂ ਲੈ ਵਾਲੇ ਨਹੀਂ। ਵੈਸੇ ਮਤਲਬ ਕਹਿੰਦਾ ਵੀ ਜੇ ਤੁਸੀਂ ਕਬੂਤਰ ਰੱਖੇ ਹੋਏ ਆ ਉਹਦੇ ਕਰਕੇ ਮਤਲਬ ਤੁਹਾਡਾ ਕੋਈ ਉਸਤਾਦ ਵੀ ਹੁੰਦਾ ਕਿਸੇ ਦਾ? ਉਸਤਾਦ ਤਾਂ ਬਸ ਅਸੀਂ ਆਪ ਹੀ ਹਾਂ, ਇਹ ਵੱਡਾ ਭਰਾ ਇਹੀ ਉਸਤਾਦ ਆਪਣਾ। ਹੋਰ ਅੱਛਾ ਇਹਨਾਂ ਤੋਂ ਹੀ ਸਿੱਖੇ ਹੋ ਵਿਚਾਰਾ? ਹੈ ਠੀਕ ਹੈ ਠੀਕ ਹੈ। ਅਤੇ ਬਾਈ ਹੋਰ ਵੀ ਸਾਨੂੰ ਦਿਖਾ ਸਕਦੇ ਹੋ ਤੁਸੀਂ ਕਬੂਤਰ? ਜੱਗੀ ਤੂੰ ਬਾਹਰ 'ਤੇ ਲਿਆ ਕਰ ਬਾਈ। ਆਹ ਕਿਹੜੇ ਕਬੂਤਰ ਆ ਹੁਣ ਤੁਸੀਂ ਇਹਨਾਂ ਬਾਰੇ ਸਾਨੂੰ ਦੱਸ? ਇਹ ਕਬੂਤਰ ਮੇਰੇ ਧੰਨੇ ਵਾਲੇ ਵੱਜਦੇ ਆ, ਲਾਲਚੀ ਨੇ। ਧੰਨੇ ਵਾਲਾ? ਧੰਨਾ ਮਤਲਬ ਬਾਈ ਕਿੱਥੋਂ ਆ ਧੰਨੇ ਵਾਲੇ? ਧੰਨਾ ਬਾਬਾ ਮਹਾਰਾਜ ਦਾ। ਅੱਛਾ ਤੇਰਾ ਮਹਾਰਾਜ ਦਾ। ਦੇਖੋ ਵੀ ਮਹਾਰਾਜ ਤੋਂ ਕਬੂਤਰ ਆਏ ਹੋਏ ਨੇ, ਜਿਹੜਾ ਧੰਨਾ ਉੱਥੇ ਕਬੂਤਰਬਾਜ਼ ਆ, ਕਾਫੀ ਮਸ਼ਹੂਰ ਕਬੂਤਰਬਾਜ਼ ਕਹਿ ਦਿੰਦੇ ਆ ਉਹਨੂੰ, ਅਤੇ ਉਹਦੇ ਕੋਲੋਂ ਆਏ ਹੋਏ ਨੇ ਕਬੂਤਰ। ਅਤੇ ਬਾਈ ਇਹਦਾ ਕੀ ਮਤਲਬ, ਕਿਹੜਾ ਬੋਲਦੇ ਆ ਇਹਨੂੰ? ਲਾਲ ਚੀਨਾ ਵਗੈਰਾ? ਬਾਈ ਲਾਲ ਢਿੱਡ ਦਾ ਬੋਲਦੇ ਆ ਕਬੂਤਰ, ਚਿੱਟੀਆਂ ਅੱਖਾਂ ਦਾ ਇਹ। ਬਾਈ ਨੇੜੇ ਇਹ ਕਬੂਤਰ ਬਾਈ ਆਪਣੇ ਨਾ ਛਤਰੀ 'ਤੇ ਆ ਕੇ ਬਹਿ ਗਿਆ ਸੀਗਾ,
ਮਤਲਬ ਕਿ ਹਫ਼ਤਾ ਕੁ ਅਸੀਂ ਰੱਖਿਆ ਇਹਦੇ 'ਚ, ਮਤਲਬ ਕਿ ਇੰਨਾ ਧਿਆਨ ਨਹੀਂ ਦਿੱਤਾ ਕਬੂਤਰ ਕਿਵੇਂ ਆ ਕਿਵੇਂ ਨਾ। ਅੱਛਾ ਅੱਛਾ ਬਾਈ, ਹਫ਼ਤੇ ਕੁ ਬਾਅਦ ਹੀ ਬਾਜੀ ਆ ਗਈ ਵੀਰੇ। ਅੱਛਾ, ਅਤੇ ਅਸੀਂ ਬਾਜੀ ਛੱਡੀ ਅਤੇ ਕਬੂਤਰ ਜਾਣੀ ਕਿ ਇਹ ਵਧੀਆ ਇਹਨੇ ਪਰਫਾਰਮੈਂਸ ਦਿੱਤੀ ਪੂਰੀ ਵਧੀਆ। ਅੱਛਾ ਅੱਛਾ, ਉਸ ਤੋਂ ਬਾਅਦ ਅਸੀਂ ਦੁਬਾਰੇ ਫਿਰ ਛੱਡਿਆ ਜਦੋਂ ਇਹ, ਮਤਲਬ ਕਿ ਇਹ ਕਬੂਤਰ ਨੇ ਆਪਾਂ ਨੂੰ ਕੂਲਰ ਵਿਨ ਕਰਕੇ ਦਿੱਤਾ, ਮਤਲਬ ਕਿ ਫਸਟ ਨੰਬਰ 'ਤੇ ਰਿਹਾ ਇਹ। ਅੱਛਾ ਅੱਛਾ, ਇਹ ਕਬੂਤਰ ਕੂਲਰ ਜਿੱਤਿਆ ਮਤਲਬ ਹੈ ਨਾ ਬਾਜੀ ਦੇ ਵਿੱਚ। ਉਸ ਤੋਂ ਬਾਅਦ ਫਿਰ ਅਸੀਂ ਇਹਦੇ ਮਤਲਬ ਕਿ ਬਲੱਡ ਲੈਣ ਜ਼ਿਆਦਾ ਕਰ ਲਈ, ਅਤੇ ਮਤਲਬ ਕਿ ਆਪਣੇ ਮਤਲਬ ਕਿ ਚੰਗੀ ਚੀਜ਼ ਜਦੋਂ ਆਉਣੀ ਹੁੰਦੀ ਹੈ ਬਾਈ ਘਰੇ, ਠੀਕ ਆ, ਆਪਾਂ ਨੂੰ ਉਹ ਮਸਾਂ ਹੀ ਹਾਸਲ ਪੈਂਦੀ ਆ। ਬਿਲਕੁਲ ਬਿਲਕੁਲ ਬਾਈ, ਹੁਣ ਇਹ ਮਤਲਬ ਕਿ ਆਪਾਂ ਨੂੰ ਇਹ ਨਹੀਂ ਪਤਾ ਕਬੂਤਰ ਕਿਹਦੇ ਕੋਲੋਂ ਆਇਆ ਸੀ ਕਿਹਦੇ ਨਾਲ, ਮਤਲਬ ਕਿ ਬਲੀਡ ਦੇ ਬਾਵਜੂਦ ਦੱਸਣ ਦੇ ਨਾਲ ਕਬੂਤਰ ਬਾਬੇ ਧੰਨੇ ਦੇ ਮਤਲਬ ਕਿ ਬਲੱਡ ਲੈਣ ਚੋਂ ਬਚਦਾ। ਅੱਛਾ ਅੱਛਾ ਅੱਛਾ, ਮਤਲਬ ਜੇ ਕੋਈ ਦੱਸਦਾ ਮਤਲਬ ਟੇਵਾ ਲਾਉਂਦਾ ਹਨਾ ਇਹ ਚੀਜ਼ ਦਾ, ਆਪਣੇ ਅੰਦਾਜ਼ੇ ਦੇ ਨਾਲ ਇਹ ਉਹਨਾਂ ਚੋਂ ਆ, ਠੀਕ ਆ, ਆਪਾਂ ਨੂੰ ਇਹ ਨਹੀਂ ਪਤਾ ਇਹ ਕਬੂਤਰ ਕਿਹਦਾ ਕਿਵੇਂ ਆ, ਮਤਲਬ ਕਿ ਆਪਣੇ ਆ ਕੇ ਬੈਠਾ ਹੀ ਛਤਰੀ ਤੇ। ਲਾਲ ਚੀਨਾ ਬੋਲਦੇ ਬਾਈ, ਹਾਂਜੀ ਹਾਂ, ਤੇ ਚਿੱਟੀ ਅੱਖ ਦਾ, ਹਾਂਜੀ ਹਾਂ, ਚਿੱਟੀਆਂ ਅੱਖਾਂ ਦਾ, ਆ ਵੇਖ ਸਕਦੇ ਹੋ ਤੁਸੀਂ, ਹਾਂਜੀ, ਚਿੱਟੀਆਂ ਅੱਖਾਂ ਦਾ ਕਬੂਤਰ ਤੇ ਲਾਲ ਚੀਨਾ ਵੱਜਦਾ ਜੀ ਇਹ। ਹਾਂਜੀ ਹਾਂ, ਤੇ ਬਾਈ ਆ ਦੂਸਰਾ ਕਿਹੜਾ? ਇਹ ਕਬੂਤਰ ਖੱਟੀਆਂ ਅੱਖਾਂ ਦਾ ਵੀਰੇ, ਇਹ ਖੱਟੀਆਂ ਅੱਖਾਂ ਦਾ, ਤੇ ਇਹਦਾ ਕੋਈ ਮਤਲਬ? ਇਹ ਵੀ ਵੀਰੇ ਬਾਜੀ ਜਿੱਤਿਆ ਵਾ ਪਿੰਡ ਭੋਤ ਨੇ। ਅੱਛਾ, ਭੋਤ ਨੇ ਇਹਦੀ ਬਾਜੀ ਤੋਂ ਜਿੱਤਿਆ ਹੋਇਆ। ਇਹ ਕਦੋਂ ਜਿੱਤੀ, ਮਤਲਬ ਕਦੋਂ ਸੀ, ਕਿਹੜਾ ਸਾਲ ਸੀਗਾ? 2 ਸਾਲ ਹੀ ਹੋਇਆ। ਹਾਂ, 2 ਸਾਲ ਹੋ ਗਏ ਹੈ। ਤੇ ਬਾਈ ਹੋਰ ਵੀ ਦਿਖਾ ਕਬੂਤਰ ਵੀਰੇ, ਆਪਾਂ ਬੱਚਾ ਹੁੰਦਾ ਇਹ ਬਾਈ ਤੋਂ ਲੈ ਕੇ ਆਏ ਸੀਗੇ। ਅੱਛਾ, ਇਹ ਬਾਈ ਤੋਂ? ਬਾਈ ਇਹਦਾ ਨਾਮ ਨੀਟ ਹੈਗਾ, ਪਿੰਡ ਟੱਲੇਆਲ ਤੋਂ ਆਪਣੇ। ਅੱਛਾ ਅੱਛਾ ਅੱਛਾ, ਆਪਣੀ ਯਾਰੀ ਦੋਸਤੀ ਆ। ਅੱਛਾ, ਇਹ ਬਾਈ ਤੋਂ ਬੱਚਾ ਲੈ ਕੇ ਆਉਂਦਾ ਸੀ, ਇਹਨੇ ਦੱਸਿਆ ਸੀ ਆਪਾਂ ਨੂੰ ਵੀ ਵਧੀਆ ਬਲੱਡ ਆ ਤਾਂ ਵਧੀਆ ਮਤਲਬ ਕਿ ਉਡਾਨ ਭਰੂਗਾ, ਤੇ ਇਹ ਤੋਂ ਲੈ ਕੇ ਆਉਂਦਾ ਵਧੀਆ, ਇਹਨੇ ਵਧੀਆ ਬਾਜੀ ਬੈਨ ਕੀਤੀ। ਨੇੜੇ ਬਾਈ, ਤੁਸੀਂ ਫਿਰ ਇਹਨਾਂ ਦੇ ਜਿੰਨੇ ਵੀ ਜਵਾਕ ਦੇ ਮਦਰ ਬਹਾਦਰ ਆ, ਤੇ ਉਹਨਾਂ ਨੂੰ ਤੁਸੀਂ ਸਾਂਭਿਆ, ਮਤਲਬ ਤੁਹਾਡੇ ਕੋਲ ਰਿਜ਼ਲਟ ਕੀ ਸੀਗਾ? ਮੇਰੇ ਕੋਲ ਵਧੀਆ ਉੱਡਦੇ ਰਹੇ, ਵਧੀਆ ਉੱਡਦੇ ਰਹੇ ਆ, ਤੇ ਉਹਨਾਂ ਨੇ ਵੀ ਮਤਲਬ ਕੋਈ ਬਾਜੀ ਜਿੱਤੀ? ਮੇਰੇ ਕੋਲ ਵੀ ਜਿੱਤੀ। ਕਿੱਥੋਂ ਕਿੱਥੋਂ ਜਿੱਤੇ ਹੋ ਵੈਸੇ ਤੁਸੀਂ? ਇਹ ਮੈਂ ਨੱਥੋਵਾਲ ਤੋਂ ਜਿੱਤਿਆ ਸੀ, ਇਹਨਾਂ ਕਬੂਤਰਾਂ ਚੋਂ। ਅੱਛਾ ਅੱਛਾ, ਠੀਕ ਆ ਠੀਕ ਆ ਠੀਕ ਆ, ਤੇ ਬਾਈ ਹੋਰ ਵੀ ਸਾਨੂੰ ਦਿਖਾਊਗਾ, ਤੇ ਤੁਸੀਂ ਦੇਖ ਸਕਦੇ ਹੋ। ਹਾਂ, ਤੇ ਆਹ ਬਾਈ ਕਿਹੜਾ ਕਬੂਤਰ ਆ? ਆਹ ਕਬੂਤਰ ਆ ਵੀਰੇ, ਇਹ ਵੀ ਆਪਣੇ ਕੋਲੇ ਮਤਲਬ ਕਿ ਆਹੀ ਆਇਆ ਸੀਗਾ 2011 ਦੇ ਕਰੀਬ ਇਹ ਕਬੂਤਰ। ਅੱਛਾ ਅੱਛਾ ਅੱਛਾ, ਆਪਣੇ ਕੋਲੇ ਆ ਗਿਆ ਸੀ ਛਤਰੀ ਤੇ, ਤੇ ਉਸ ਤੋਂ ਬਾਅਦ ਆਪਾਂ ਤੋਂ ਕੋਈ ਲੈ ਗਿਆ ਸੀ ਮੁੰਡਾ। ਅੱਛਾ, ਉਹਨੇ ਜਾ ਕੇ ਇਹਦੇ ਫੰਘ ਪੱਟਤੇ। ਅੱਛਾ, ਪੱਟਣ ਦੇ ਬਾਵਜੂਦ ਵੀਰੇ ਸਾਨੂੰ ਮਤਲਬ ਕਿ ਕਬੂਤਰ ਨੂੰ ਜਿਹੜਾ ਬੰਦਾ ਪਿਆਰ ਕਰਦਾ ਹੁੰਦਾ ਗੁੱਸਾ ਆ ਹੀ ਜਾਂਦਾ ਹਨਾ। ਬਿਲਕੁਲ ਬਿਲਕੁਲ, ਤੇ ਜਦੋਂ ਕਬੂਤਰ ਆਪਾਂ ਦੁਬਾਰੇ ਲੈ ਆਏ, ਮਤਲਬ ਕਿ ਪੂਰੇ ਵਧੀਆ ਉਡਾਨ ਕਰਨ ਲੱਗ ਗਿਆ ਕਬੂਤਰ, ਆਪਾਂ ਦੁਬਾਰੇ ਲੈ ਆਏ ਸੀ ਘਰੇ, ਤੇ ਉਸ ਤੋਂ ਬਾਅਦ ਵੀਰੇ ਇਹ ਫਿਰ ਅਸੀਂ ਛੱਡਿਆ ਤਾਂ ਅਸੀਂ ਬਾਜੀ ਛੱਡਿਆ ਸੀ ਮਲੂਕੇ, ਮਲੂਕੇ ਪਿੰਡ ਮਲੂਕੇ ਛੱਡਿਆ ਸੀਗਾ ਇਹ। ਅੱਛਾ ਅੱਛਾ, ਉੱਥੇ ਮਤਲਬ ਕਿ ਪੂਰੇ ਕਬੂਤਰ ਰਹਿ ਗਏ ਸੀਗੇ 7, 3 ਮਿੰਟ ਰਹਿੰਦੇ ਕਬੂਤਰ ਬਾਜੀ ਹਾਰ ਗਿਆ ਸੀਗਾ। ਅੱਛਾ, ਤੇ ਮਤਲਬ ਕਿ ਹੁਣ ਇਹਦਾ ਬਲੱਡ ਆਪਾਂ 1000 ਤਿਆਰ ਕੀਤਾ, ਜਿੱਥੇ ਵੀ ਛੱਡਦੇ ਹਾਂ ਬਾਜੀ ਇਹਦਾ ਨਾ ਤਾਂ ਕੋਈ ਬੱਚਾ ਭੱਜੇ, ਤੇ ਨਾ ਹੀ ਇਹ ਮਤਲਬ ਕਿ ਟਾਈਮ 'ਚ ਜਾਣ ਕਿਸੇ ਪਾਸਿਓਂ, ਮਤਲਬ ਦੂਜੇ ਪਿੰਡ ਕਿਤੇ ਉੱਥੋਂ ਭੱਜਦਾ ਨਹੀਂ ਜਾਂਦਾ, ਨਹੀਂ ਜਾਂਦਾ ਨਾ ਇਹਦਾ ਬੱਚਾ ਭੱਜਦਾ ਨਾ ਇਹ ਆਪ। ਇਹਨੂੰ ਮਤਲਬ ਕਿ 2 ਵਾਰ ਮਤਲਬ ਕਿ ਇੱਕ ਬਿਮਾਰੀ ਚੱਲੀ ਸੀਗੀ ਧੌਣ ਘੁਮਾਉਣ ਦੀ, ਹਾਂਜੀ, ਉਹ 2 ਵਾਰ ਪੈ ਚੁੱਕੀ ਇਹਨੂੰ, ਮਤਲਬ ਕਿ ਇਹਨੂੰ ਇੰਨਾ ਇਹਦੇ ਤੇ ਗੌਰ ਰੱਖੀ ਦੀ ਆ, ਧਿਆਨ 'ਚ ਰੱਖੀ ਦਾ ਇਹਨੂੰ, ਮਤਲਬ ਕਿ ਹਰ ਸਾਲ ਜਦੋਂ ਵੀ ਮੌਸਮ ਇਹਨਾਂ ਦਾ ਇੱਦਾਂ ਆਉਂਦਾ ਬਿਮਾਰੀ ਵਾਲਾ, ਤੇ ਉਦੋਂ ਇਹਨਾਂ ਦੀ ਪੂਰੀ ਗੌਰ ਰੱਖਣੀ ਪੈਂਦੀ ਆ ਵੀਰੇ। ਤੇ ਬਾਈ ਬਿਮਾਰੀ ਕਬੂਤਰਾਂ ਨੂੰ ਆਪਾਂ ਨੂੰ ਕਿਹੜੀ ਕਿਹੜੀ ਪੈਂਦੀ ਆ ਕਬੂਤਰਾਂ ਨੂੰ? ਚੀਜ਼ ਤਾਂ ਵੀਰੇ ਆਹ ਆਉਂਦੀ ਹੈਗੀ ਸੋਕੇ ਦੀ ਆਉਂਦੀ ਆ, ਠੀਕ ਆ, ਜਦੋਂ ਤੇ ਬਾਕੀ ਆ ਧੌਣ ਘੁਮਾਉਣ ਲੱਗ ਜਾਂਦੇ ਆ, ਵਾਇਰਸੀ ਕੋਈ ਇੱਦਾਂ ਦਾ ਆ ਜਾਂਦਾ ਇਹਨਾਂ 'ਚ, ਠੀਕ ਆ, ਉਹਦੇ ਨਾਲ ਹੋ ਜਾਂਦਾ, ਬਾਕੀ ਅੱਖਾਂ ਦਾ ਹੋ ਜਾਂਦਾ। ਬਾਕੀ ਵੀਰੇ ਜਿਹੜਾ ਵੀ ਬੰਦਾ ਜਾਨਵਰ ਨੂੰ ਪਿਆਰ ਕਰਦਾ ਨਾ, ਉਹਨੂੰ ਹਰ ਆਪਣੇ ਖੁੱਡ ਦੀ ਆਪਣੀ ਸਫਾਈ ਤੇ ਧਿਆਨ ਰੱਖਣਾ ਹੀ ਪੈਂਦਾ ਵੀਰੇ, ਇਹ ਆਪਣੇ ਜਾ ਕੇ ਜਾਨਵਰ ਬਚਦੇ ਆ ਤੇ ਬਾਜੀਆਂ ਵਿਨ ਕਰਦੇ ਆ, ਕੋਈ ਵੀ ਚੀਜ਼ ਆ ਮਤਲਬ ਸੰਭਾਲ ਰੱਖਣੀ ਪੈਂਦੀ ਆ ਨਾ ਬਾਈ। ਹਾਂਜੀ ਹਾਂ, ਤੇ ਆਹ ਬਾਈ ਕਿਹੜਾ ਲੈ ਗਿਆ ਬਾਈ ਤੁਸੀਂ ਕਬੂਤਰ? ਇਹ ਬਾਈ ਕਬੂਤਰੀ ਆਪਣੀ 2 ਬਾਜੀਆਂ ਇਕੱਲੀ ਜਿੱਤੀ ਵੀ ਆ, ਤੇ 1 ਬਾਜੀ ਭੂੰਦੜ ਛੱਡੀ ਸੀ ਉੱਥੇ ਦਸਾਂ ਦੀ ਸਾਂਝੀ ਹੋ ਗਈ। ਅੱਛਾ ਅੱਛਾ, ਇਹ ਮਤਲਬ ਬਾਜੀਆਂ ਸਾਂਝੀਆਂ ਵੀ ਹੋ ਜਾਂਦੀਆਂ ਹਨਾ? ਕਬੂਤਰੀ ਕਹਿ ਸਕਦੇ ਆ ਇਹਨੂੰ ਆਪਾਂ, ਤੇ ਇਹਦੇ ਆ ਬਾਈ ਕੀ ਬੋਲਦੇ ਆ ਇਹਨੂੰ? ਠੱਲ ਠੱਲ ਪਾਈ ਹੋਈ, 96 ਨੰਬਰ ਦੀ ਠੱਲ ਪਾਈ ਹੋਈ ਆ, ਤੇ ਇਹ ਚਿੱਟੀਆਂ ਅੱਖਾਂ ਦੀ ਆ, ਚਿੱਟੀਆਂ ਅੱਖਾਂ ਦੀ ਕਬੂਤਰੀ ਆ। ਤੇ ਦਰਸ਼ਕ ਤੁਸੀਂ ਦੇਖ ਸਕਦੇ ਹੋ ਕਿ ਬਾਈ ਦੇ ਬਹੁਤ ਸੋਹਣੇ ਕਬੂਤਰ ਸਾਂਭੇ ਹੋਏ ਨੇ, ਤੇ ਭੰਮਾ ਵੱਧੀ ਸੰਗਰੂਰ 'ਚ ਫਸਟ ਟਾਈਮ ਮਤਲਬ ਕਿ ਵਿਨ ਕੀਤਾ ਸੀਗਾ,
ਪਿੰਡ ਭੰਮਾ ਬੱਦੀ ਤੋਂ ਅੱਛਾ 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 ਤੇ ਫਿਰ ਇੱਕ ਮਾਨਸਾ ਜ਼ਿਲ੍ਹੇ ਦੇ ਵਿੱਚ ਸੀਗੀ ਤੇ ਪਿੰਡ ਬਾਜੇ ਵਾਲ ਉੱਥੋਂ ਮਤਲਬ ਕਹਿੰਦੇ ਹਾਂ ਵਧੀਆ ਵਿਨ ਕੀਤਾ ਮਤਲਬ ਕਿ ਤਿੰਨ ਵਾਰੀਆਂ ਇਹ ਮਤਲਬ ਕਹਿੰਦੇ ਫਸਟ ਨੰਬਰ ਤੇ ਆਈ ਆ ਮਤਲਬ ਬੱਚੇ ਲੈ ਰਹੇ ਹੋ ਠੀਕ ਆ ਠੀਕ ਤੇ ਬਾਈ ਜਦੋਂ ਤੁਸੀਂ ਬਾਜੀਆਂ ਛੱਡਦੇ ਹੋ ਤੇ ਉਦੋਂ ਕੋਈ ਹਨੇਰੀ ਆ ਜਾਂਦੀ ਆ ਜਾਂ ਹੋਰ ਵਗੈਰਾ ਕੁਛ ਕਬੂਤਰ ਮਤਲਬ ਜਿਵੇਂ ਬਾਜ ਪੈ ਗਏ ਹਨਾ ਕਬੂਤਰ ਤੁਹਾਡੇ ਗੁੰਮ ਵੀ ਜਾਂਦੇ ਹੋਣਗੇ ਪਤਾ ਕੀ ਹੈ ਵੀਰੇ ਆਪਣਾ ਜਿਹੜਾ ਘਰ ਦਾ ਏਰੀਆ ਬਣਦਾ ਇਹ ਨਹਿਰ ਦੇ ਉੱਤੇ ਬਣਦਾ ਜਿਹੜੀਆਂ ਮਤਲਬ ਕਿ ਬਾਜ ਪੈਂਦਾ ਜਾਂ ਆਪਾਂ ਲਗੜ ਕਹਿ ਦਿੰਦੇ ਹਾਂ ਇਹ ਚੀਜ਼ ਸਾਡੇ ਆਮ ਹੀ ਬਕਾਇਦਾ ਦੇਖਣ ਨੂੰ ਮਿਲਦੀ ਆ ਉਹ ਮਤਲਬ ਨਹਿਰ ਤੇ ਰਹਿੰਦੇ ਆ ਨਹਿਰ ਤੇ ਇਹ ਫੜ ਕੇ ਲੈ ਜਾਂਦੇ ਜੀ ਆਪਣਾ ਬੱਚਾ ਜਾਂ ਨਿਆਣਾ ਹੁੰਦਾ ਛੱਡਦੇ ਆ ਡਰ ਕੇ ਭੱਜ ਵੀ ਜਾਂਦੇ ਆ ਤੇ ਡਿੱਗ ਵੀ ਪੈਂਦੇ ਆ ਉਹ ਚੀਜ਼ ਹੁੰਦੀ ਆ ਵੀਰੇ ਹੁਣ ਮੰਨ ਲਾ ਵੀ ਆਪਾਂ ਵੀ 20 ਬੱਚੇ ਕਢਾਉਣੇ ਆ 20 ਦੀ ਬਜਾਏ 40 ਕਢਾਉਣੇ ਪੈਂਦੇ ਹਨ ਉਹਦੇ ਵਿੱਚ ਇਹ ਚੀਜ਼ ਹੁੰਦੀ ਆ ਹਨੇਰੀਆਂ 'ਚ ਵੀ ਗੁਆਚਨੇ ਆ ਤੇ ਮਤਲਬ ਕਿ ਆ ਲਗੜਾਂ ਵੀ ਖਾ ਜਾਂਦੀਆਂ ਨੇ ਕਈ ਵਾਰੀ ਪਿੰਡ 'ਚ ਵੀ ਗੁੰਮ ਜਾਂਦਾ ਗਾ ਬੀਹਾਂ 'ਚੋਂ 10 ਹੀ ਕਾਮਯਾਬ ਤੇ ਮਤਲਬ ਕਿ ਉਹਦੇ ਵਿੱਚੋਂ ਹੌਲੀ ਹੌਲੀ ਮਿਹਨਤ ਦੇ ਨਾਲ ਬਾਵਜੂਦ ਮਸਾਂ 10 ਜਾਂ 15 ਕਬੂਤਰ ਆਪਣੇ ਪੂਰੀ ਤਰ੍ਹਾਂ ਤਿਆਰ ਹੋ ਜਾਂਦੇ ਆ ਮਤਲਬ ਹੁਣ ਤੱਕ ਤੁਹਾਡੇ ਜਿੰਨੇ ਵੀ ਕਬੂਤਰ ਗੁਆਚੇ ਕਿੰਨੇ ਕੁ ਕਬੂਤਰ ਗੁਆ ਚੁੱਕੇ ਨੇ ਬਾਈ ਗੁਆਚ ਜਾਂਦੇ ਆ ਬਹੁਤ ਜ਼ਿਆਦਾ ਆ ਹੁਣ ਪਿੱਛੇ ਹਨੇਰੀਆਂ ਆਈਆਂ ਨੇ ਉਦੋਂ ਵੀ ਮਤਲਬ ਕਿ ਘਰੇ ਉੱਡਦੇ ਆ ਕਬੂਤਰ ਜਦੋਂ ਹਨੇਰੀਆਂ ਦੇ ਵਿੱਚ ਨਹੀਂ ਲੱਭਦੇ 4 ਦਿਨ 5 ਦਿਨ ਹੋ ਗਏ ਉਦੋਂ ਮਤਲਬ ਕਿ ਹਨੇਰੀ ਆਈ ਸੀ ਉਦੋਂ ਵੀ ਕਬੂਤਰ ਆਪਣੇ ਘਰੋਂ ਬਾਗੇ ਸੀ ਬਾਈ ਫਿਰ ਆਪਾਂ ਹੁਣ ਆਪ ਜਦੋਂ ਮਾਂ ਪਿਓ ਬੈਠਾ ਬਲੱਡ ਲੈਣ ਬੈਠੀ ਆਪਾਂ ਲੈਣ ਨਹੀਂ ਗਏ ਬਿਲਕੁਲ ਠੀਕ ਆ ਚੱਲ ਕਿਸੇ ਦੇ ਪਿੰਡ ਜਾ ਕੇ ਉੱਡਦਾ ਕਿਵੇਂ ਮਰਜ਼ੀ ਆਪਾਂ ਨੂੰ ਨਹੀਂ ਪਤਾ ਜਦੋਂ ਅੱਖਾਂ ਉੱਲੋ ਹੀ ਹੋ ਗਿਆ ਠੀਕ ਬਿਲਕੁਲ ਬਿਲਕੁਲ ਤੇ ਮਤਲਬ ਕਿ ਆਪਾਂ ਐਂ ਪਿੱਛੇ ਨਹੀਂ ਗਏ ਵੀ ਜਦੋਂ ਹੁਣ ਆਪਣੇ ਕੋਲ ਉਹਦੇ ਮਾਂ ਪਿਓ ਬੈਠੇ ਆਪਾਂ ਕੀ ਲੈਣੀ ਆ ਤੇ ਆਹ ਬਾਈ ਕਿਹੜਾ ਕਬੂਤਰ ਹੈ ਹਾਂ ਆਹ ਬਾਈ ਕਿਹੜੀ ਕਬੂਤਰੀ ਹੈ ਇਹ ਕਬੂਤਰੀ ਵੀਰੇ ਲਾਲ ਚੀਨੀ ਬਾਜਤੀ ਹੈ ਇਹ ਬਾਰਾਂ ਕਬੂਤਰ ਮਤਲਬ ਕਿ ਹਰੇਕ ਦੇ ਜਿੱਤੇ ਵੇ ਹੁੰਦੇ ਆ ਹਰੇਕ ਕੋਲੇ ਪਿੰਡ ਚ ਆਪਣੇ ਹੋਰ ਵੀ ਯਾਰ ਦੋਸਤ ਨੇ ਬਿਲਕੁਲ ਕਬੂਤਰ ਮਤਲਬ ਕਿ ਉਹਨਾਂ ਦਾ ਨਾਮ ਮਤਲਬ ਕਿ ਮੂਹਰੇ ਨਹੀਂ ਆ ਰਿਹਾ ਥੋੜਾ ਟਾਈਮ ਲੱਗ ਜਾਂਦਾ ਇਹ ਚੀਜ਼ ਹੈਗੀ ਆ ਹਾਂਜੀ ਕਬੂਤਰ ਬਾਜੀ ਤੇ ਮਤਲਬ ਕਿ ਨਸਲੋਂ ਪੱਖੋਂ ਕਬੂਤਰ ਪੱਖੋਂ ਹਰੇਕ ਬੰਦੇ ਕੋਲੇ ਵਧੀਆ ਬੈਠੇ ਨੇ ਯਾਨੀ ਕਿ ਕਬੂਤਰ ਬਾਈ ਉਹ ਛਾ ਕੇ ਕਬੂਤਰ ਨਾਲ ਲਾਈ ਹੋਈ ਆ ਇਹਦੇ ਮਤਲਬ ਕਿ ਬੱਚੇ ਕਿਤੇ ਵੀ ਨਹੀਂ ਜਾਂਦੇ ਠੀਕ ਹੈ ਆਹ ਕਬੂਤਰ ਸੀ ਆਪਣੀ ਉਹ ਸਾਰੇ ਦੋ ਜੋੜਾ ਆਪਣੇ ਉਹ ਜੋੜਾ ਵੀਰੇ ਹਾਂ ਉਹ ਡੱਬੇ ਵੀ ਆਪਾਂ ਬਾਈ ਛੱਡੇ ਸੀ ਵੀਰੇ ਬਾਈ ਦਿਖਾ ਸਕਦੇ ਹੋ ਬਟ ਉਹ ਵੀ ਜਾਂਦੇ ਨਹੀਂ ਗਏ ਕਿਸੇ ਪਾਸੋਂ ਬਾਜੀ ਤੋਂ ਇੱਕ ਸੋਹਣੇ ਦੇ ਬਾਵਜੂਦ ਵੀ ਰੱਖੇ ਹੋਏ ਆ ਬਾਜੀਆਂ ਵੀ ਵਧੀਆ ਮਤਲਬ ਕਿ ਛੱਡੇ ਸੀਗੇ ਇਹ ਬਾਈ ਕੋਲ ਡੱਬੇ ਕਬੂਤਰ ਵੀ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਇਹ ਬਾਈ ਕਿਹੜੀ ਬਰੀਡ ਦੇ ਇਹ ਵੀਰੇ ਆਹ ਡੱਬੀ ਕਬੂਤਰ ਹੀ ਬੈਠੀ ਆ ਅੱਛਾ ਮਤਲਬ ਕਿ ਇਹਦੇ ਬੱਚੇ ਆ ਉਹ ਜਿਹੜੀ ਦੂਸਰੇ ਪਾਸੇ ਆ ਤੁਸੀਂ ਆਹ ਦੇਖ ਸਕਦੇ ਹੋ ਆਹ ਨੀਲੀ ਡੱਬੀ ਠੀਕ ਆ ਬਾਈ ਆਹ ਸ਼ਾਹ ਆਪਾਂ ਪਿੰਡ ਜਗਜੀਤਪੁਰੇ ਛੱਡੀ ਸੀ ਬਾਜੀ
ਮਤਲਬ ਕਿ ਲੋਕਲ ਆਪਣੇ ਪਿੰਡ ਪਿੰਡ ਦੇ ਸਾਰੇ ਭਰਾ ਸੀਗੇ ਅੱਛਾ 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 ਤੇ ਉਦਾਂ ਹੀ ਸ਼ੌਂਕ ਵਜੋਂ ਲੋਕਡਾਊਨ ਦੇ ਵਿੱਚ ਪਿਛਲੇ ਸਾਲ ਛੱਡੀ ਮਤਲਬ ਕਿ ਉੱਥੇ ਬਹਿ ਗਈ ਮਤਲਬ ਕਿ ਕਬੂਤਰੀ ਤਾਂ ਹਰ ਗਈ ਸੀ ਜਾਣੀ ਤੀਸਰੇ ਦਿਨ ਫੜ ਕੇ ਲਿਆਂਦੀ ਸੀ ਘਰੇ ਅੱਛਾ ਮਤਲਬ ਵਾਪਸ ਆ ਗਈ ਉਦੋਂ ਬਾਅਦ ਛੋਟਾ ਜਿਹਾ ਪਿੰਡ ਸੀ ਮਤਲਬ ਕਿ ਉੱਥੋਂ ਬੱਚੇ ਹੁੰਦੇ ਘਰੇ ਬਹੁਤ ਉੱਡਦੇ ਰਹੇ ਬਈ ਇਹ ਛੋਟੇ ਪਿੰਡ 'ਚ ਮੁਸ਼ਕਲ ਆਉਂਦੀ ਹੈ ਮੈਨੂੰ ਲੱਗਦਾ ਹਨਾ ਹਾਂਜੀ ਹਾਂ ਉਹ ਵੀਰੇ ਫਿਰ ਬਲੀਡ ਉਸ ਹਿਸਾਬ ਨਾਲ ਤਿਆਰ ਕਰਨੀ ਪੈਂਦੀ ਆ ਵੀ ਜਿੱਥੋਂ ਜਾਣ ਨਾਲ ਹਰ ਚੀਜ਼ ਕਬੂਤਰ ਦੀ ਨਿਰਖ ਪਰਖ ਕਰਕੇ ਸਾਰੇ ਵੀਰੇ ਰਲ ਮਿਲ ਕੇ ਚੱਲਦਾ ਇਹ ਸਾਰਾ ਕਬੂਤਰਾਂ ਵਾਲਾ ਸਿਸਟਮ ਜਿਵੇਂ ਇਹਦੇ ਵਿੱਚ ਥੋੜੀ ਜਿਹੀ ਲਾਈਨ ਵੱਡੀ ਕਰਨੀ ਪੈਂਦੀ ਹੈ ਵੀਰੇ ਸਰਕਲ ਬਣਾਉਣਾ ਮਤਲਬ ਕਿ ਬਣ ਗਿਆ ਜਦੋਂ ਕਬੂਤਰ ਮਤਲਬ ਕਿ ਕਈ ਵਾਰੀ ਕਿਤੇ ਗੁਆਚ ਜਾਂਦਾ ਉੱਥੇ ਯਾਰ ਦੋਸਤ ਹੁੰਦੇ ਫਿਰ ਫੜ ਕੇ ਠੀਕ ਜ਼ਿੰਮੇਵਾਰੀ ਹੋ ਜਾਂਦੀ ਆ ਫਿਰ ਉਹਦਾ ਸਰਕਲ ਬਹੁਤ ਕਬੂਤਰ ਦਾ ਕੋਈ ਵੀ ਖੇਡ ਪ੍ਰੇਮੀ ਆ ਹਰੇਕ ਦਾ ਸਰਕਲ ਵੱਡਾ ਹੁੰਦਾ ਵੀਰੇ ਤੇ ਬਾਈ ਆ ਜਿਹੜੇ ਤੁਹਾਡੇ ਕੋਲ ਇੱਧਰ ਦੂਜੇ ਰੱਖੇ ਹੋਏ ਲੱਕੇ ਕਬੂਤਰ ਵੀ ਰੱਖੇ ਹੋਏ ਨੇ ਹਾਂਜੀ ਹਾਂ ਵੀਰੇ ਤੇ ਇਹਨਾਂ ਬਾਰੇ ਦੱਸੋਗੇ ਕੁਝ ਇਹ ਵੀਰੇ ਆਪਣੇ ਜਿਹੜੇ ਲੱਕੇ ਰੱਖੇ ਨੇ ਇਹ ਆਪਣੇ ਸ਼ੌਂਕ ਵਜੋਂ ਵੀ ਰੱਖੇ ਹੋਏ ਨੇ ਅੱਛਾ ਇਹ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਕਿ ਕਬੂਤਰ ਕਬੂਤਰ ਜਿਹੜੇ ਇਹ ਲੱਕੇ ਕਬੂਤਰ ਨੇ ਤੇ ਇਹ ਸ਼ੌਂਕ ਵਜੋਂ ਰੱਖੇ ਹੋਏ ਨੇ ਬਾਈ ਦੇ ਤੇ ਇਹਨਾਂ ਦਾ ਖੁੱਡਾ ਅਲੱਗ ਹੀ ਆ ਬਣਿਆ ਹੋਇਆ ਮਤਲਬ ਜੇ ਕਿਸੇ ਨੇ ਲੈਣੇ ਹੋਵੇ ਹੁਣ ਘਰੇ ਰੱਖਣ ਲਈ ਤਾਂ ਤੁਸੀਂ ਇਹ ਦੇ ਸਕਦੇ ਹੋ ਨਾ ਘਰ ਦੇ ਜਦੋਂ ਕਹਿੰਦੇ ਹੁੰਦੇ ਆ ਵੀ ਥੋੜਾ ਬਹੁਤਾ ਕਹਿਣ ਦੇ ਵੀ ਤੁਸੀਂ ਵਿਹਲੇ ਫਿਰਦੇ ਹੋ ਜਾਂ ਜਿਵੇਂ ਵੀ ਜਿੱਦਾਂ ਹਨਾ ਤੇ ਇਹ ਇਹਨਾਂ ਦੀ ਆਪਾਂ ਵੀਰੇ ਬਲੇਡ ਆ ਮਤਲਬ ਕਿ ਵਾਈਟ ਹੀ ਨੇ ਇਹ ਤੇ ਇਹ ਆਪਾਂ ਸੇਲ ਕਰਦੇ ਆ ਕਿੰਨੇ ਟਾਈਮ ਤੋਂ ਰੱਖੇ ਹੋਏ ਨੇ ਬਾਈ ਤੁਹਾਡੇ ਲੱਗੇ ਇਹ ਵੀਰੇ ਆਪਣਾ ਥੋੜਾ ਟਾਈਮ ਹੀ ਹੋਇਆ ਮਤਲਬ ਕਿ ਅੱਛਾ 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 ਹੁਣ ਹੀ ਮਤਲਬ ਕਿ ਰੱਖਿਆ ਠੀਕ ਆ ਇਹ ਸਾਰੇ ਵੀਰੇ ਆਹ ਇੱਕ ਜੋੜੀ ਦੇ ਆ ਬੱਚੇ ਓਕੇ ਇਹ ਇਹ ਮਤਲਬ ਮੇਨ ਜੋੜੀ ਆ ਜਿਹੜੀ ਆਹ ਹਾਂ ਇਹ ਮੇਨ ਜੋੜੀ ਆ ਵੀਰੇ ਹਾਂ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਵੀ ਇਹ ਮੇਨ ਜੋੜੀ ਆ ਹਾਂਜੀ ਲੱਕੇ ਕਬੂਤਰਾਂ ਦੀ ਤੇ ਉੱਪਰ ਬੈਠੇ ਸੀ ਉਹ ਹੁਣ ਪਤਾ ਨਹੀਂ ਕਿੱਧਰ ਨੂੰ ਚਲੇ ਗਏ ਤੇ ਬਾਈ ਜਿਹੜੇ ਤੁਹਾਡੇ ਲਾਲ ਚੀਨੇ ਅੰਦਰ ਰੱਖੇ ਹੋਏ ਨੇ ਤੇ ਉਹ ਦਿਖਾ ਸਕਦੇ ਹੋ ਹਾਂਜੀ ਹਾਂ ਉਹ ਵੀ ਦਿਖਾ ਦਿੰਦੇ ਹਾਂ ਤੇ ਬਾਜੀ ਵੀਰੇ ਜਿਹੜੇ ਆਹ ਲਾਲ ਚੀਨੇ ਆ ਮਤਲਬ ਕਿ ਇਹਨਾਂ ਦੇ ਬੱਚੇ ਤੇ ਜਾਂ ਆਪਣੇ ਉਹ ਸ਼ਾਹ ਅੱਖੇ ਦੇ ਬੱਚੇ ਉਹ ਮਤਲਬ ਕਿ ਆਪਣੇ 26-27 ਬੱਚੇ ਹੈਗੇ ਆ ਮਤਲਬ ਕਿ ਉਹ ਤਾਂ ਉੱਪਰ ਤਿਆਰ ਕਰੇ ਹੋਏ ਨੇ ਉੱਪਰ ਖੁੱਡਾ ਗਾ ਇਹ ਆਪਣਾ ਇਹਨਾਂ ਨੂੰ ਧੁੱਪ ਲਵਾਉਣ ਵਾਸਤੇ ਤੇ ਜਾਂ ਮਤਲਬ ਕਿ ਇਹਨਾਂ ਦੀ ਗੌਰ ਵੱਡੀਆਂ ਜੋੜੀਆਂ ਦੀ ਰੱਖੀ ਜਾਂਦੀ ਹੈ ਘਰੇ ਆਪਣੇ ਸਾਹਮਣੇ ਨਿਗਾਹ 'ਚ ਰਹਿੰਦੇ ਜਿਹੜਾ ਪਤਾ ਲੱਗਦਾ ਰਹਿੰਦਾ ਕਿਹਨੂੰ ਕੀ ਪ੍ਰੋਬਲਮ ਆ ਕਿਹਨੂੰ ਕੀ ਪ੍ਰੋਬਲਮ ਆ ਅੱਛਾ ਅੱਛਾ ਤੇ ਉਹ ਆਪਣੇ ਖੁੱਡੇ ਦੋ ਉੱਪਰ ਪਾਏ ਹੋਏ ਨੇ ਤੇ ਉਹਨਾਂ 'ਚ ਤਿਆਰ ਕਰਦੇ ਆਪਾਂ ਬਾਈਆਂ ਵਾਸਤੇ ਠੀਕ ਤੇ ਉਹ ਬਾਈ ਆਪਾਂ ਦੇਖ ਸਕਦੇ ਹਾਂ ਹਾਂਜੀ ਹਾਂ ਵੀਰੇ ਚਲੋ ਬਾਈ ਦੇਖੋ ਇੱਥੇ ਬਾਈ ਕੋਲ ਚੀਨੇ ਕਿਹੜੇ ਵੱਜਦੇ ਆ ਬਾਈ ਲਾਲ ਚੀਨੇ ਪਤਾ ਲੱਗਦਾ ਰਹਿੰਦਾ ਟਾਈਮ ਟਾਈਮ ਤੇ ਸਰਕਲ ਦਾ ਵੀ ਕੀ ਹਰਕਤ ਕਰਦਾ ਕਿਵੇਂ ਕੀ ਬਿੱਠਾਂ ਦੇ ਵਿੱਚ ਕੀ ਮੜੱਪ ਪਏ ਹੋਏ ਆ ਜਾਂ ਕੀੜੇ ਮਕੌੜੇ ਕੀ ਆ ਹਨਾ ਹਾਂਜੀ ਹਾਂ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਬਾਈਆਂ ਦੇ ਘਰੇ ਹੀ ਤਿਆਰ ਕੀਤੇ ਹੋਏ ਕਬੂਤਰ ਨੇ ਤੇ ਘਰੇ ਘਰ ਦੀ ਬਰੀਡ ਹੈ ਹਾਂਜੀ ਹਾਂ ਇਹ ਵੀਰੇ ਆਹ ਇੱਕ ਇਹਨਾਂ ਦੀ ਗੌਰ ਇਹ ਚੀਜ਼ ਰੱਖਣੀ ਪੈਂਦੀ ਆ ਕਿਆ ਕੋਰੇ ਕੁੱਜਿਆਂ 'ਚ ਪਾਣੀ ਇਹਨਾਂ ਨੂੰ ਵਧੀਆ ਠੰਡਾ ਸਾਫ਼ ਸੁਥਰਾ ਅੱਛਾ ਟਾਈਮ ਦੇ ਬਾਵਜੂਦ ਇਹਨਾਂ ਨੂੰ ਬਦਲਣਾ ਪੈਂਦਾ ਠੀਕ ਆ ਬਾਈ ਠੀਕ ਆ ਤੇ ਆਹ ਬਾਈ ਕਿਹੜਾ ਇਹ ਵੀ ਸ਼ਾਹ ਅੱਖ ਆ ਹਾਂਜੀ ਹਾਂ ਮਤਲਬ ਸ਼ਾਹ ਅੱਖੇ ਹੈਗੇ ਆ ਤੁਹਾਡੇ ਕੋਲ ਕਾਫ਼ੀ ਹੈ ਨਾ ਤੇ ਬਾਕੀ ਲਾਲ ਚੀਨੇ ਆਹ ਜੋੜਾ ਬਾਈ ਨਹੀਂ ਇਹ ਕਬੂਤਰੀਆਂ ਵੀਰੇ ਅੱਛਾ ਇਹ ਸਾਰੇ ਬਾਜੀਆਂ ਵਾਲੇ ਆ ਮਤਲਬ ਜਿੰਨੇ ਵੀ ਬਾਈ ਕੋਲ ਹੈਗੇ ਆ ਚੰਗੇ ਚੰਗੇ ਕਬੂਤਰ ਲਾਲ ਚੀਨੇ ਆ ਇੱਕ ਵੀਰੇ ਆਪਣਾ ਸ਼ੌਂਕ ਆ ਜਿਹਦੇ ਵਿੱਚ ਜਿਹਦੇ ਨਾਲ ਕਬੂਤਰ ਬਾਜ ਬਾਜਦੇ ਆਪਾਂ ਹਨਾ ਮਤਲਬ ਕਿ ਜਦੋਂ ਵੀ ਕਿਸੇ ਪਿੰਡ ਜਾਂਦੇ ਆ ਬਾਜੀ ਤੇ ਜਾਂਦੇ ਆ ਤੇ ਬੰਦੇ ਇਹਨੂੰ ਦੇਖ ਕੇ ਪਹਿਚਾਣ ਇਹਨਾਂ ਦੀ ਹੁੰਦੀ ਆ ਕਬੂਤਰ ਬਾਜ ਨੇ ਕਬੂਤਰ ਬਾਜ ਆ ਬਾਈ ਤੁਸੀਂ ਕਿਹੜੇ ਨਾਂ ਤੇ ਮਤਲਬ ਛੱਡਦੇ ਹੋ ਤੁਸੀਂ ਬਾਜੀ ਇਹ ਆਪਣੇ ਵੀਰੇ
चलो भाई फिर उपर भी देख ही लें ओके भाई आ देख सकते हो बाई दियां छतरियां लगिया हुई ये कबूतरबाजा के काम तो ये इन्ह के शौक ने बाइया के सारे बच्चे नवे तैयार करे हुए सारे नवे मतलब है हाँ जी हाँ आह लाल डब्बे आ लाल रत्ते लाल चीने जिम्मे मतलब कि सारे ओदे आ आह कबूतरी फिर अपनी पिछले साल के दो बाजियां जीती सी अच्छा भाई मतलब कि हमेशा विन किया जाने फास्ट थी अच्छा अच्छा के ए केड़ी मतलब भाई जी भाई ए ए बरे अपने मतलब के थोनू दसया जमे फ्रेंड सर्कल बनाउना पेंदा अपने सारे चार भरा ने अच्छा ते पिंड वाले ता मतलब के अपने लोकल ही हुंदे आ यार दोस्त हां जी हां जी हां जी भाई ते साडा एक पिंड तो हैगा मोड़ा तो आ छोर मोड़ एक पम्मा वधाते एक मुंडा हैगा अपना बीता सैना ਮਤਲਬ ਕਿ ਸਾਡੇ ਚਾਰਾਂ ਪਿੰਡਾਂ 'ਚ ਕਬੂਤਰ ਯਾਰਾਂ ਦੋਸਤਾਂ ਦੇ ਇਕੱਠੇ ਰੱਖੇ ਹੋਏ ਨੇ ਅੱਛਾ 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 ਤੇ ਸਾਰਿਆਂ ਦੇ ਸਰਕਲ ਦੇ ਨਾਲ ਹੀ ਵੀਰੇ ਫਿਰ ਇੱਥੋਂ ਉੱਥੇ ਛੱਡੇ ਆਈਦੇ ਉੱਥੋਂ ਇੱਥੇ ਲਿਆਈਦੇ ਆ ਇਹ ਲਿਆਂਦੇ ਸੀ ਬਾਈ ਗੁਰਮੋੜ ਤੋਂ ਅੱਛਾ ਤੇ ਉਹਨੂੰ ਆਪਣੀ ਜੋੜੀ ਗੁਰਮੋੜ ਤੋਂ ਹਾਂਜੀ ਉਹਨੂੰ ਜੋੜੀ ਦਿੱਤੀ ਵੀ ਸੀ ਉਹਦੇ ਕੋਲੇ ਬੱਚਾ ਸੀ ਆਪਣਾ ਇਹ ਤੇ ਉੱਥੋਂ ਇੱਥੇ ਲਿਆਈਦੇ ਇੱਥੋਂ ਉੱਥੇ ਲੈ ਜਾਈਦੇ ਆ ਤੇ ਇੱਦਾਂ ਰਲ ਮਿਲ ਕੇ ਸਾਰਿਆਂ ਦਾ ਸਹੀ ਆ ਰਲ ਮਿਲ ਕੇ ਸਹਿਯੋਗ ਹੁੰਦਾ ਨਾ ਬਾਈਆਂ ਦਾ ਹਨਾ ਉਹ ਚਾਰੇ ਭਰਾ ਜਿਵੇਂ ਅਸੀਂ ਸਾਡਾ ਸਰਕਲ ਆ ਮਤਲਬ ਕਿ ਅਸੀਂ ਦੋ ਭਰਾ ਉਹ ਤਿੰਨ ਹੋ ਜਾਣੇ ਉਹ ਆ ਤੇ ਅਸੀਂ ਉੱਥੇ ਜਿਵੇਂ ਮਰਜ਼ੀ ਛੱਡ ਲਈਏ ਬਾਜ਼ੀਆਂ ਅੱਛਾ ਉਹ ਇੱਥੋਂ ਜਿਵੇਂ ਮਰਜ਼ੀ ਲਿਜਾ ਸਕਦੇ ਹਾਂ ਤੇ ਬਈ ਆਹ ਕਿਹੜਾ ਮਤਲਬ ਬਈ बहुत घट मिलदा ना कबूतर हां जी हां थोड़ा जिहा साडा रोक के रखिया वैसे करके घरे इधरली साइड टीरी स्पेशल हुंदा टीरी अख दा कोई नहीं बरे अपनी अपनी जेडे ब्लीड दे हिसाब जिवें जिवें झोड़ियां दे हिसाब नाल कबूतर बच्चे कढ़ी जांदे आ मतलब कि फर्क पैंदा जांदा कबूतरां च नसल च भी ते मतलब कि ब्लीड दे विच भी ए ब्लीड लई रख्या हां देख सकदे हो ए बरे ब्लीड लई रख्या वा हुण अपना ते इधरली साइड चिट्टी आ दी इधरली हां जी हां ठीक है ए अपना ब्लीड लई तैयार कीता तुसीं देख सकदे हो बाई कोई टीरी अख दा कबूतर है ਟੀਰੀ ਅੱਖ ਦੇ ਕਹਿੰਦੇ ਹੁੰਦੇ ਵੀ ਮਸਾਂ ਹੀ ਮਿਲਦੇ ਆ ਕਬੂਤਰ ਇਹ ਵੀ ਸੇਮ ਭੈਣੀ ਆ ਦੂਸਰੀ ਝੋਲੀ ਦੀ ਅੱਛਾ ਭਾਈ ਤੇ ਇਹ ਵੀ ਮਤਲਬ ਕਿ ਆਈ ਆ ਅੱਛਾ ਇਹ ਵੀ ਟੀਰੀ ਆ ਬਾਈ ਹਾਂਜੀ ਹਾਂ ਇਹ ਇਧਰਲੀ ਸਾਈਡ ਕਾਲੀ ਆ ਗਈ ਇਧਰਲੀ ਸਾਈਡ ਚਿੱਟੀ ਇਧਰਲੀ ਚਿੱਟੀ ਦੇਖ ਲਓ ਵੀ ਕੁਦਰਤ ਦੇ ਰੰਗ ਆ ਹਾਂਜੀ ਹਾਂ ਹਨਾ ਤੇ ਅਲੱਗ ਅਲੱਗ ਬਰੀਡਾਂ ਨੇ ਤੇ ਇਧਰੇ ਜਿਵੇਂ ਜਿਵੇਂ ਆਪਣੇ ਕੋਲੇ ਤਿਆਰ ਹੋਈ ਜਾਂਦੇ ਆ ਹਲੇ ਇੰਨਾ ਆਪਾਂ ਨੂੰ ਨੌਲੇਜ ਨਹੀਂ ਨਾ ਜਿਵੇਂ ਲੋਕ ਕਹੀ ਜਾਂਦੇ ਆਪਾਂ ਉਸ ਹਿਸਾਬ ਨਾਲ ਸਮਝੀ ਜਾਂਦੇ ਵੀ ਆਪਣੇ ਕੋਲ ਵੀ ਹਾਂ ਯਾਰ ਆਹ ਨਸਲ ਬਣ ਗਈ ਆਪਾਂ ਵੀ ਤਿਆਰ ਕਰਦੇ ਬਿਲਕੁਲ ਬਿਲਕੁਲ ਜਾਂ ਜਿਵੇਂ ਗਰੁੱਪਾਂ 'ਚੋਂ ਪਤਾ ਲੱਗੀ ਜਾਂਦਾ ਵੀ ਸਾਡੇ ਕੋਲੇ ਇੱਦਾਂ ਦੇ ਆ ਜਾਂ ਤੁਹਾਡੀ ਵੀਡੀਓ ਰਾਹੀਂ ਜਾਂ ਚੈਨਲ ਰਾਹੀਂ ਪਤਾ ਲੱਗੀ ਜਾਂਦਾ ਜਿਵੇਂ ਮਤਲਬ ਕਿ ਸਾਰਿਆਂ ਤੋਂ ਫਿਰ ਉਸ ਹਿਸਾਬ ਨਾਲ ਅਸੀਂ ਵੀ ਕਹਿਣ ਲੱਗ ਜਾਂਦੇ ਹਾਂ ਵੀ ਯਾਰ ਉੱਥੋਂ ਵਾਲਿਆਂ ਦੇ ਆ ਉੱਥੋਂ ਵਾਲਿਆਂ ਦੇ ਆ ਤੇ ਬਾਕੀ ਸਾਰੇ ਵੀਰੇ ਆਪਣੇ ਘਰੇ ਤਿਆਰ ਕਰੇ ਹੋਏ ਵੇ ਨੇ ਬਿਲਕੁਲ ਠੀਕ ਹੈ ਬਾਈ ਹਾਂਜੀ ਤੇ ਬਾਈ ਆਹ ਦੂਜੇ ਮਤਲਬ ਖੁੱਡਾ ਖੱਡਾ ਇਦਾਂ ਦੀ ਸਫਾਈ ਹੁੰਦੀ ਰਹਿੰਦੀ ਕਿੰਨੇ ਟਾਈਮ 'ਚ ਕਰਨੀ ਚਾਹੀਦੀ ਹੈ ਮਤਲਬ ਇਹ ਵੀਰੇ ਵੈਸੇ ਤਾਂ ਅਸੀਂ ਹਫ਼ਤੇ ਬਾਅਦ ਪੱਕਾ ਹੀ ਆ ਮਤਲਬ ਕਿ ਜਦੋਂ ਮੀਂਹ ਵਾਲਾ ਮੌਸਮ ਹੁੰਦਾ ਉਸ ਤੋਂ ਉਦੋਂ ਤਾਂ ਡੇਲੀ ਇਹਨਾਂ ਦੀ ਗੌਰ ਧਿਆਨ ਨਹੀਂ ਰੱਖਣਾ ਪੈਂਦਾ ਗਾ ਤੇ ਇਹ ਵੀਰੇ ਆਪਣੇ ਬੱਚੇ ਆ ਗਏ ਕਬੂਤਰੀਆਂ ਆਈਆਂ ਅੱਛਾ 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 ਉਧਰ ਕਬੂਤਰ ਆ ਅੱਛਾ ਉਧਰ ਮੇਨ ਕਬੂਤਰ ਆ ਗਏ ਹਾਂ ਉਧਰ ਇਹਨਾਂ ਚੋਂ ਕੁਝ ਭੱਜ ਵੀ ਗਏ ਤੁਹਾਨੂੰ ਦੱਸੀਦਾ ਜਿਵੇਂ
ਤਿਆਰ ਹੋਈ ਜਾਵਾਂਗੇ ਆ ਸੇਮ ਵੀਰੇ ਓਹਦਾ ਹੀ ਮਤਲਬ ਕੇ ਉਹ ਲਾਲ ਚੀਨੇ ਤੁਹਾਡੇ ਕੋਲ ਕਾਫੀ ਜ਼ਿਆਦਾ ਰੱਖੇ ਅੱਗੇ ਬਲੱਡ ਲੈਣ ਬਹੁਤ ਤਿਆਰ ਕਰੀ ਗਏ ਵੀਰੇ ਉਹ ਰੱਤੇ ਵੀ ਉਹ ਕੱਢ ਦਿੰਦੇ ਆ ਤੇ ਆ ਵੀ ਲਾ ਟੈਡ ਵਾਲੇ ਵੀ ਕੱਢ ਦਿੰਦੇ ਆ ਠੀਕ ਆ ਠੀਕ ਆ ਠੀਕ ਤੇ ਆ ਚਿੱਟੀਆਂ ਦਾ ਵੀ ਵੀਰੇ ਉਹਨੇ ਕੱਢਿਆ ਦੇਖੋ ਇੱਕ ਠੀਕ ਆ ਬਈ ਠੀਕ ਆ ਤੇ ਮਤਲਬ ਕੇ ਇਹਨਾਂ ਨੂੰ ਹੁਣ ਪੂਰਾ ਐਨ ਧਿਆਨ ਰੱਖਣਾ ਪੈਂਦਾ ਗੱਲ ਬਾਤ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਜਿੰਨੀ ਵੀ ਤੁਸੀਂ ਜਾਣਕਾਰੀ ਦਿੱਤੀ ਆ ਉਮੀਦ ਆ ਸਾਡੇ ਦਰਸ਼ਕ ਜਾਣਕਾਰੀ ਲਈ ਤਾਂ ਵੀਰੇ ਬਹੁਤ ਮਤਲਬ ਕਿ ਹਲੇ ਆਪਾਂ ਛੋਟੇ ਲੈਵਲ ਦੀ ਕਬੂਤਰਬਾਜ਼ ਆ ਮਤਲਬ ਕਿ ਆਪਾਂ ਤੋਂ ਬਹੁਤ ਵੀ ਸਿੱਖਣ ਨੂੰ ਆਪਾਂ ਨੂੰ ਵੀਡੀਓ ਦੇ ਵਿੱਚ ਵੀ ਮਿਲਦਾ ਠੀਕ ਆ ਅਸੀਂ ਤਾਂ ਆਪਾਂ ਨੂੰ ਜਿਵੇਂ ਅਸੀਂ ਦੋਨੇ ਭਰਾ ਰਾਇਆ ਕਰ ਲੈਂਦੇ ਹਾਂ ਵੀ ਐਂ ਕਬੂਤਰ ਨੂੰ ਇੱਦਾਂ ਕਰ ਲਾ ਮਤਲਬ ਕਿ ਅਸੀਂ ਸੀਜ਼ਨ ਦੀ ਸਮਝ ਲਓ ਵੀ ਅਸੀਂ 20 ਬਾਜ਼ੀਆਂ ਛੱਡਣੀਆਂ ਹੁੰਦੀਆਂ ਉਹ 'ਚੋਂ ਅਸੀਂ 10 ਹਾਰ ਗਏ 12 ਹਾਰ ਗਏ 5-7 ਦੀ ਵੀ ਸਾਨੂੰ ਖੁਸ਼ੀ ਇੰਨੀ ਹੁੰਦੀ ਆ ਵੀ ਹਾਂ ਸਾਨੂੰ ਕਬੂਤਰ ਰੱਖਣ ਦੇ ਕਾਬਲ ਹੈਗੇ ਹਾਂ ਅਸੀਂ ਮਤਲਬ ਮੁਆਵਜ਼ਾ ਮੁੜ ਜਾਂਦੀਆਂ ਮੁਆਵਜ਼ਾ ਦੀ ਮਤਲਬ ਕਿ ਇੱਕ ਸ਼ੌਂਕ ਪੂਰਾ ਹੋ ਜਾਂਦਾ ਮੁਆਵਜ਼ਾ ਵੀ ਹੋ ਜਾਂਦਾ ਮਤਲਬ ਇਹਦੇ ਨਾਲ ਘਰ ਦੇ ਵੀ ਖੁਸ਼ ਰਹਿੰਦੇ ਆ ਘਰ ਦੇ ਵੀ ਖੁਸ਼ ਰਹਿੰਦੇ ਆ ਬਾਕੀ ਕੰਮ ਕਾਰ ਵੀ ਜਿੰਨਾ ਆਪਣਾ ਕਰਦੇ ਆ ਹਨਾ ਕਰਦੇ ਵੀ ਨੀ ਕੁਛ ਕਹਿੰਦੇ ਤੇ ਸ਼ੌਂਕ ਵੀ ਪੂਰਾ ਹੁੰਦਾ ਵੀਰੇ ਤੇ ਬਾਈ ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਤੁਹਾਡੀ ਜਿੰਨੀ ਵੀ ਜਾਣਕਾਰੀ ਦਿੱਤੀ ਹੈ ਤੁਸੀਂ ਹੋਰ ਗੱਲ ਵੀਰੇ ਆਪਣੇ ਸਾਰੇ ਮਤਲਬ ਕਿ ਯਾਰ ਦੋਸਤ ਸੀਗੇ ਕੁਛ ਅੱਜ ਬਾਈਆਂ ਤੇ ਵੀ ਗਏ ਵੇ ਨੇ ਪਿੰਡ ਤੋਂ ਤੇ ਸਾਰੇ ਆਪਣੇ ਭਰਾ ਹੀ ਨੇ ਮਤਲਬ ਕਿ ਜਿੰਨੇ ਵੀ ਰੱਖੇ ਹੋਏ ਪਿੰਡ ਮੁੰਡਾ ਸੋਨੀ ਆ ਤੇ ਮੁੰਡਾ ਹਰਮਨ ਉਹਨੇ ਨਵੇਂ ਰੱਖੇ ਕਬੂਤਰ ਵਧੀਆ ਉਹ ਵੀ ਬਾਜ਼ੀਆਂ ਬੈਨ ਕਰਦਾ ਤੇ ਗੱਗੀ ਆ ਮੁੰਡਾ ਪੁਰਾਣਾ ਵਧੀਆ ਸਹਿਯੋਗ ਦਿੰਦਾ ਤੇ ਇੱਕ ਮਨਪ੍ਰੀਤ ਮੁੰਡਾ ਤੇ ਇੱਕ ਮਣੀ ਆ ਮੁੰਡਾ ਟੱਲੇਵਾਲ ਤੇ ਇੱਕ ਸਲੀਮ ਖਾਨ ਆ ਮੁੰਡਾ ਘਮਿਆਰਾਂ ਦਾ ਉਹ ਵੀ ਆਪਣੇ ਵਧੀਆ ਸਹਿਚਾਰ ਸਾਰੇ ਬੰਦੇ ਮਤਲਬ ਕਿ ਭਰਾਵਾਂ ਵਾਲਾ ਪਿਆਰ ਆ ਤੇ ਪਿੰਡ ਦੇ ਗਰੁੱਪ ਦੇ ਵਿੱਚ ਵੀ ਅਸੀਂ ਵਧੀਆ ਰਲ ਮਿਲ ਕੇ ਵਧੀਆ ਇੱਕ ਦੂਜੇ ਦੇ ਮਤਲਬ ਕਿ ਸਹਿਯੋਗ ਦੇਈਦਾ ਨਹੀਂ ਵਧੀਆ ਗੱਲ ਆ ਬਾਈ ਸਹਿਯੋਗ ਨਾਲ ਹੀ ਸਾਰਾ ਕੁਛ ਚੱਲਦਾ ਤੇ ਬਾਈ ਤੁਸੀਂ ਆਪਣਾ ਕੰਟੈਕਟ ਨੰਬਰ ਬੋਲ ਸਕਦੇ ਹੋ ਤੇ ਆਪਣਾ ਨਾਮ ਸਾਰਾ ਕੁਝ ਬੋਲ ਦਿਓ ਮੇਰਾ ਨਾਮ ਤੇਜਿੰਦਰ ਸਿੰਘ ਹੈ ਵੀਰੇ ਹਾਂ ਪਿੰਡ ਮੈਨੂੰ ਮਤਲਬ ਕਿ ਲੋਕਲ ਤੇਜੂ ਟੱਲੇਵਾਲ ਕਹਿੰਦੇ ਆ ਵੀਰੇ ਤੇ ਨੰਬਰ ਮੇਰਾ ਵੀਰੇ 9768858561 ਤੇ ਇਹਦਾ ਛੋਟੇ ਭਰਾ ਦਾ ਉੱਚੀ ਬੋਲ ਦਿਓ ਥੋੜਾ ਛੋਟੇ ਭਰਾ ਦਾ ਨਾਮ ਨਰਿੰਦਰ ਸਿੰਘ ਬਾਈ ਨੰਬਰ ਬੋਲ ਦਿਓ ਨਿੱਕਾ ਇਹਦਾ ਨੰਬਰ ਹੈਗਾ 9868 ਇਹਦਾ ਨੰਬਰ 24961 ਪਿੱਛੇ ਜੀ 9868 24961 ਠੀਕ ਮਤਲਬ ਕਿ ਸੇਮ ਹੀ ਨੰਬਰ ਆ ਸਾਡੇ ਤੇ ਵੀ ਵਧੀਆ ਸਰਕਲ ਵੀਰੇ ਜਿਵੇਂ ਚੱਲੀ ਜਾਂਦਾ ਸ਼ੌਂਕ ਆਪਦਾ ਪ੍ਰੋਪਰ ਪੂਰਾ ਵਧੀਆ ਰਹੇ ਆਪਾਂ ਤਾਂ ਕਹਿੰਦੇ ਹਾਂ ਕੋਈ ਵੀ ਕਬੂਤਰਬਾਜ਼ ਆ ਮਤਲਬ ਕਿ ਕੋਈ ਇਹੋ ਜਿਹਾ ਕਬੂਤਰਬਾਜ਼ ਨਹੀਂ ਗਾ ਹੁਣ ਅੱਜ ਕੱਲ੍ਹ ਵੀ ਹਾਂ ਯਾਰ ਇੱਕ ਦੂਸਰੇ 'ਤੇ ਈਰਖਾ ਰੱਖਦਾ ਸਾਰੇ ਇੱਕ ਦੂਜੇ ਨਾਲ ਵਧੀਆ ਮਿਲ ਵਰਤ ਕੇ ਰਹਿੰਦੇ ਅਤੇ ਆਪਦਾ ਸ਼ੌਂਕ ਪੂਰਾ ਕਰਦੇ ਆ ਅਤੇ ਆਪਣੇ ਆਹ ਜਿੰਨੇ ਹੁਣ ਯਾਰ ਦੋਸਤ ਅੱਜ ਘਰ ਆਏ ਆ ਵਧੀਆ ਪ੍ਰੇਮ ਕਰਕੇ ਆਏ ਆ ਤੇ ਸਾਰਿਆਂ ਦੇ ਮਤਲਬ ਕਬੂਤਰਬਾਜ਼ ਵੀ ਆ ਆਪਣਾ ਸਹਿਯੋਗ ਵੀ ਵਧੀਆ ਰਹਿੰਦੇ ਆ ਦੇਖਿਆ ਬਈ ਭਰਾਵਾਂ ਨੂੰ ਵਧੀਆ ਵਰਤ ਰਹੇ ਆ ਕੂਲਰ ਵੀ ਪਿਆ ਸੀ ਉਹਦੇ ਤੇ ਲਿਖਿਆ ਹੋਇਆ 2019 ਚ ਉਹ ਮੇਰੇ ਨਾਨਕੀ ਬਾਜੀ ਹੋਈ ਸੀ ਪਿੰਡ ਕਲਾਲ ਮਾਜਰੇ ਠੀਕ ਆ ਉੱਥੇ ਮਤਲਬ ਕਿ ਮੀਂਹ ਆ ਗਿਆ ਸੀ 1.5 ਘੰਟਾ ਮਤਲਬ ਕਿ ਹਨੇਰੀ ਪਿਆ ਗਈ ਸੀ ਮੀਂਹ ਦੇ ਵਿੱਚ ਕਬੂਤਰ ਉੱਡਦਾ ਰਿਹਾ ਅਸੀਂ ਯਾਨੀ ਕਿ ਆਪਣਾ ਕਬੂਤਰ ਫੜ ਕੇ ਲੈ ਆਏ ਸੀ ਘਰੇ ਤੇ ਦੂਸਰੇ ਦਿਨ ਸਾਨੂੰ ਮਤਲਬ ਕਿ ਉਹ ਬਾਈਆਂ ਨੇ ਬੁਲਾਇਆ ਵੀ ਤੁਹਾਡਾ ਕਬੂਤਰ ਵੱਧ ਉੱਡਿਆ ਇਨਾਮ ਤੁਹਾਡਾ ਬਣਦਾ ਤੇ ਉਹਦੇ ਬਾਵਜੂਦ ਆਪਾਂ ਉਹ ਬਾਈਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਬਾਈਆਂ ਨੇ ਕਬੂਤਰਬਾਜ਼ ਵੀ ਸੀਗੇ ਵਧੀਆ ਉਹਨਾਂ ਨੇ ਸਹਿਯੋਗ ਦਿੱਤਾ ਤੇ ਆਪਾਂ ਨੂੰ ਕੂਲਰ ਦੇ ਹੱਕਦਾਰ ਕੀਤਾ ਠੀਕ ਹੈ ਨਹੀਂ ਆਪਾਂ ਭੁੱਲ ਗਏ ਸੀਗੇ ਆਪਾਂ ਨੂੰ ਤਾਂ ਅਸੀਂ ਆਪਣਾ ਕਬੂਤਰ ਮਿਲ ਜਾਏ ਠੀਕ ਹੈ ਉਹ ਤਾਂ ਉਹਨਾਂ ਦੇ ਮਤਲਬ ਕਿ ਪਿੰਡ ਦੇ ਸਹਿਯੋਗ ਨਾਲ ਉਹਨਾਂ ਨੇ ਮਤਲਬ ਕਿ ਕਿਹਾ ਵੀ ਇਹਨਾਂ ਦਾ ਕਬੂਤਰ ਵੱਧ ਉੱਡਿਆ ਵੀ ਇਹਨਾਂ ਨੂੰ ਚਾਹੀਦਾ ਤੁਸੀਂ ਦੇਖ ਸਕਦੇ ਦਰਸ਼ਕੋ ਕਿ ਆਪਣੇ ਇਮਾਨਦਾਰੀ ਵੀ ਇੱਕ ਬਹੁਤ ਜ਼ਰੂਰੀ ਆ ਇਹ ਚੀਜ਼ ਦੇ ਵਿੱਚ
जे ईमानदार रहोगे तो ही अगे चीज़ नूं वधाया जांदा क्योंकि बाई हुणे तक कबूतर छड लैके आ गए सी ते पर इन्हां नूं बुलाया गया दुबारे ते उन्होंने भी ईमानदारी का सबूत दिता ते बाई ने सानूं गल करके बहुत वधिया लग्या ते बाई दा तुसीं नंबर नोट कर लो इहदे वीडियो दे विच बाई ने बोलिया होया ते बाई दूसरे बाई दा भी नंबर बोल दिओ मेरा नंबर हैगा वीरे 98768 58561 निक्के ब्रदर दा नंबर हैगा वीरे 98768 24961 बाकी वीरे होर नवीआं वीडियो लैके बाई हुणी आउंदे रहणगे अपने कोले यारां दोस्तां दीआं भी होर भी जिथे जिथे भी इन्हों का चैनल सबसक्राइबर हो भी नवी नवी देखने मिल गई इन्हें चैनल तो ठीक है दोस्तों फिर अगली वीडियो ले असी मिलते हैं किसी अगले दिन तो अगली होर वीडियो असी होर किसी बाई की मतलब इंटरव्यू पावे तो तद तक लिए धन्यवाद शुक्रिया आदाब नमस्कार सत श्रीकाल जी हाँ तो होर अपडेट लिए साडा चैनल जरूर सबसक्राइब करो चैनल का नाम है सैवन स्टूडियो मिलते हैं किसी होर अपडेट के नाम थैंक यू।